ਜਿਹੜੇ ਨੂੰ ਪਤਾ ਲੱਗ ਜਾਂਦਾ ਸੀ ਇਹਦਾ ਐਡਾ ਭਾਉ ਸੀ, ਐਡਾ ਡਰ ਸੀ, ਲੋਕ ਡਰ ਰਹੇ ਸੀ ਉਸ ਸਮੇਂ ਦੀ ਗੱਲ ਹੈ, ਉਸ ਸਮੇਂ 2010 ਦੇ ਵਿੱਚ, ਕਿਉਂਕਿ ਪ੍ਰਧਾਨ ਮੰਤਰੀ ਤੱਕ ਉਹਦੇ ਦਬਦਬਾ ਹੇਠ ਸੀ, ਉਹਦੀ ਚੌਂਕੀ ਭਰਦੇ ਸੀ, ਚੌਂਕੀ ਭਰਦੇ ਸੀ, ਹਰਿਆਣੇ ਦੀ ਸਰਕਾਰ ਹੋਊਗੀ, ਪੰਜਾਬ ਦੀ ਸਰਕਾਰ ਹੋਊਗੀ, ਜੋ ਵੀ ਸਰਕਾਰਾਂ ਸਨ ਸਾਰੀਆਂ ਉਹਦੀਆਂ ਚੌਂਕੀਆਂ ਭਰਦੀਆਂ ਸਨ, ਲੋਕ ਡਰਦੇ ਸੀ। ਮੈਂ ਜਦੋਂ ਇਹ ਫਿਲਮ ਬਣਾਉਣ ਲੱਗਿਆ, ਮੈਨੂੰ ਬਹੁਤ ਲੋਕਾਂ ਨੇ ਕਿਹਾ ਤੈਨੂੰ ਮਾਰ ਦੂ, ਤੈਨੂੰ ਮਰਵਾ ਦੂ। ਫਿਰ ਮੈਂ ਇੱਕੋ ਨਹੀਂ, ਉਹਦੇ ਤਾਂ ਕੋਈ ਵੱਡੀ ਗੱਲ ਨਹੀਂ ਸੀਗੀ, ਤੁਹਾਨੂੰ ਮਰਵਾ ਵੀ ਸਕਦੇ ਸੀਗੇ। ਵੱਡੇ ਵੱਡੇ ਦਿਮਾਗਿਆਂ ਵਾਲੇ ਫਿਰਦੇ ਆ, ਵੱਡੇ ਵੱਡੇ ਦਾਤਰੇ ਪਾਏ ਹੋਏ ਨੇ, ਵੱਡੇ ਵੱਡੇ ਹੱਥਾਂ ਦੇ ਵਿੱਚ ਤੀਰ ਨੇ, ਬਹੁਤ ਕੁਛ ਆ, ਬਹੁਤ ਵੱਡੇ ਵੱਡੇ ਗੱਡੀਆਂ ਵਾਲੇ ਬਾਬੇ ਫਿਰਦੇ ਆ, ਕਿਉਂ ਨੀ ਲੋਕ ਤੁਰੇ? ਮੈਂ ਕਹਿੰਦਾ ਫਿਲਮ ਬਣਾਉਣ ਵਾਲਾ ਜੋਗੀ, ਫੰਡ ਲਾਉਣ ਵਾਲਾ ਜੋਗੀ, ਫਾਈਨੈਂਸਰ ਜੋਗੀ, ਲੇਖਕ ਜੋਗੀ, ਡਾਇਰੈਕਟਰ ਜੋਗੀ, ਪਰ ਤੁਸੀਂ ਸਟੇਜ ਥੱਲੇ ਰਿਲੀਜ਼ ਕਰਨ ਵਾਲਾ ਦਾਦੂਆ, ਗੱਲ ਪਸੰਦ ਨਹੀਂ ਆਈ। ਉਹ ਗੱਲ ਤਾਂ ਇਹੀ ਹੈ, ਕਹਿੰਦਾ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਵਿੱਚ, ਇਹਨਾਂ ਨੂੰ ਇਹ ਹੁੰਦਾ ਹੈ ਵੀ ਇਹ ਬੰਦੇ ਨੂੰ ਆਪਾਂ ਲੈ ਲਿਆ ਮੂਹਰੇ, ਲੈ ਲਿਆ ਜੋ ਕੁਛ ਬਾਹਰ ਘਾਟ ਹੋਊਗੀ ਇਹਦੇ ਨਾਂ ਤੇ ਹੋਊ, ਜੇ ਇਹ ਬੰਦਾ ਆਪਣੇ ਨਾਲ ਚੱਲੂ ਤਾਂ ਵੀ ਠੀਕ ਹੈ, ਜੇ ਇਹ ਬੰਦੇ ਨੂੰ ਜੇ ਝੂਠੇ ਸੌਦੇ ਸਾਧ ਵਰਗੇ ਜਾਂ ਕੋਈ ਹੋਰ ਬੰਦਾ ਆ ਕੇ ਇਹਨੂੰ ਹਾਨੀ ਪਹੁੰਚਾਉਂਦਾ ਤਾਂ ਵੀ ਉਹਨਾਂ ਨੂੰ ਲਾਭ ਹੈ, ਜੇ ਉਹ ਬੰਦਾ ਮਰ ਗਿਆ ਫਿਰ ਕਹਿਣਗੇ ਕੌਮ ਦਾ ਜਰਨੈਲ ਸੀ ਜੀ, ਕੌਮ ਦਾ ਯੋਧਾ ਸੀ ਜੀ, ਜਿਵੇਂ ਭਾਈ ਦੀਪ ਸਿੰਘ ਸਿੱਧੂ ਨੂੰ ਕਹਿ ਰਹੇ ਨੇ। ਹੁਣ ਸਿੱਧੂ ਮੂਸੇ ਵਾਲੇ ਬਾਰੇ ਕੋਈ ਵੀ ਮਾੜਾ ਸ਼ਬਦ ਬੋਲੇ ਤਾਂ ਬਹੁਤ ਮਨ ਦੁਖਦਾ ਵੀ ਇਹੋ ਜਿਹਾ ਯੋਧਾ ਨੀ ਕੋਈ ਜੰਮਣਾ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਨਦੀਪ ਰਥੋੜ ਅੱਜ ਤੁਹਾਡੀ ਕਚਹਿਰੀ ਵਿੱਚ ਫਿਰ ਹਾਜ਼ਰ ਹੋਏ ਹਾਂ ਇੱਕ ਉਸ ਮਹਾਨ ਯੋਧੇ ਨੂੰ ਲੈ ਕੇ, ਉਸ ਇੱਕ ਮਹਾਨ ਸ਼ਖਸੀਅਤ ਨੂੰ ਲੈ ਕੇ ਜਿਸ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਜਿਸ ਦੇ ਗਾਣੇ USA ਦੇ ਰੇਡੀਓ ਦੇ ਵਿੱਚ ਵੱਜਣ ਲੱਗ ਗਏ, ਜਿਸ ਨੇ 2010 ਦੇ ਵਿੱਚ ਫਿਲਮ ਬਣਾਈ। ਫਿਲਮ ਕੀ ਬਣਾਈ? ਸਰਸਿਆਲ ਦੇ ਖਿਲਾਫ। ਉਸ ਟਾਈਮ ਸਰਸਿਆਲ ਦਾ ਨਾਮ ਪੂਰੇ ਵਰਲਡ ਦੇ ਵਿੱਚ ਬੋਲਦਾ ਸੀਗਾ। ਸਰਸਿਆਲ ਦੇ ਖਿਲਾਫ ਫਿਲਮ ਬਣਾਈ, ਉਸ ਵਿੱਚ ਦਿਖਾਇਆ ਗਿਆ ਕਿ ਸਰਸਿਆਲ ਨੇ ਕਿਸ ਤਰ੍ਹਾਂ ਬਲਾਤਕਾਰ ਕੀਤਾ, ਕਿਸ ਤਰ੍ਹਾਂ ਪੱਤਰਕਾਰ ਮਾਰਿਆ, ਕਿਸ ਤਰ੍ਹਾਂ ਸਬਜ਼ੀਆਂ ਵੇਚੀਆਂ, ਕਿਸ ਤਰ੍ਹਾਂ ਕਬਜ਼ੇ ਕੀਤੇ, ਪਰ ਅਫਸੋਸ ਉਸ ਨੂੰ ਪਰਚਾ ਝੱਲਣਾ ਪਿਆ। ਉਸ ਸਰਕਾਰਾਂ ਨੇ ਸਰਸਿਆਲ ਦਾ ਸਾਥ ਦਿੰਦੇ ਹੋਏ ਉਸ ਨੌਜਵਾਨ ਤੇ ਪਰਚਾ ਹੋਇਆ। ਪਰਚੇ ਦੇ ਵਿੱਚ ਸਾਰਾ ਕੁਛ ਵਿਕ ਗਿਆ। ਘਰ ਦੀ ਗਰੀਬੀ ਨੂੰ ਝੱਲਦੇ ਹੋਏ ਜੂਠੇ ਤੱਕ ਭਾਂਡੇ ਤੱਕ ਮਾਂਜਣੇ ਪਏ, ਰਕਸ਼ੇ ਤੱਕ ਚਲਾਉਣੇ ਪਏ, ਸਬਜ਼ੀਆਂ ਤੱਕ ਵੇਚਣੀ ਪਈਆਂ। ਫਿਰ ਹੌਲੀ ਹੌਲੀ ਗੁਰੂ ਸਾਹਿਬ ਦਾ ਆਸਰਾ ਲੈਂਦੇ ਹੋਏ, ਬਾਣੀ ਦਾ ਆਸਰਾ ਲੈਂਦੇ ਹੋਏ ਫਿਰ ਇੱਕ ਆਪਣੀ ਜ਼ਿੰਦਗੀ ਨਵੀਂ ਸਟਾਰਟ ਕੀਤੀ। ਉਹਨਾਂ ਨੇ ਫਿਰ ਇਸ ਵਾਰ ਗਾਣੇ ਗਾਏ। ਗਾਣੇ ਕਿਹਤੇ ਗਾਏ? ਸ਼ਬਦ ਕਿਸ ਤੇ ਗਾਏ? ਉਹਨਾਂ ਮਹਾਨ ਯੋਧਿਆਂ ਤੇ। ਇੱਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ, ਤਾਂ ਦੂਜਾ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਉਹਨਾਂ ਦੇ ਬੇਟੇ, ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਦੇ, ਉਹਨਾਂ ਨੇ ਗਾਣੇ ਲਾਏ ਜਿਹੜੇ ਪਿਛਲੇ ਦਿਨ MP ਚੋਣ ਇਲੈਕਸ਼ਨ ਲੜਦੇ ਸੀਗੇ। ਤੁਹਾਨੂੰ ਅੱਜ ਉਸ ਮਹਾਨ ਯੋਧੇ ਨੂੰ ਮਨਾਵਾਂਗੇ, ਉਸ ਮਹਾਨ ਸਿੱਖਤ ਨੂੰ ਮਨਾਵਾਂਗੇ, ਤਾਂ ਤੁਸੀਂ ਵੀ ਦੇਖ ਕੇ ਪ੍ਰਸੰਨ ਹੋ ਜਾਓਗੇ। ਪਰ ਤੁਸੀਂ ਧਿਆਨ ਦਿਓ ਇਸ ਯੋਧੇ ਵੱਲ, ਆਪਾਂ ਸਾਥ ਵੀ ਦੇਣਾ ਹੈ, ਦਿਲੋਂ ਵੀ ਖੜਨਾ, ਤੇ ਵੱਧ ਤੋਂ ਵੱਧ ਇਸ ਦੇ ਨਾਲ ਜੁੜ ਕੇ ਜਿਹੜੀ ਪੰਜਾਬ ਹੈ, ਗੁਰਸਿੱਖੀ ਹੈ, ਇਹੋ ਜਿਹੇ ਯੋਧਿਆਂ ਨੂੰ ਸਾਂਭ ਕੇ ਰੱਖਣਾ ਸਾਡੀ ਮੁਰਾਦ। ਗੁਰਸੇਵਕ ਸਿੰਘ ਜੋਗੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਸਟੂਡੀਓ ਵਿੱਚ ਪਹੁੰਚਣ ਦਾ ਜੀ। ਮੈਂ ਤੁਹਾਡਾ ਤਹਿ ਦਿਲੋਂ ਫਿਰ ਇੱਕ ਵਾਰ ਧੰਨਵਾਦ ਕਰਦਾ ਜੀ। ਜੋਗੀ ਸਾਹਿਬ, ਬੜੇ ਦੁੱਖ ਝੱਲੇ, ਬੜੇ ਪਹਾੜ ਝੱਲੇ, ਬੜੀਆਂ ਮੁਸੀਬਤਾਂ ਝੱਲੀਆਂ, ਪਰ ਅੱਜ ਵੀ ਚਿਹਰਾ ਫੁੱਲਾਂ ਵਾਂਗੂ ਖਿਲ ਰਿਹਾ, ਕੀ ਕਹਿਣਾ ਚਾਹੋਗੇ?
ਇਹ ਗੱਲ ਇਹ ਹੈ ਵੀ ਜੇ ਤਾਂ ਆਪਾਂ ਸੋਚਦੇ ਹਾਂ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੀ ਖਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਜੀ, ਆਪਣਾ ਪਰਿਵਾਰ ਬੰਨ ਦਿੱਤਾ, ਪੌਣੇ 9 ਸਾਲ ਦੀ ਉਮਰ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੀ ਜਦੋਂ ਪੰਡਿਤ ਜੀ ਜਨੇਊ ਪਾਉਣ ਆਏ ਤੇ ਪੰਡਿਤ ਜੀ ਦਾ ਹੱਥ ਫੜ ਕੇ ਆਖਿਆ, ਪੰਡਿਤ ਜੀ ਇਹ ਜਨੇਊ ਮੈਂ ਧਾਰਨ ਨਹੀਂ ਕਰਨਾ ਜੀ, ਜਵਾਬ ਦੇ ਦਿੱਤਾ। ਪੌਣੇ 9 ਸਾਲ ਦੀ ਉਮਰ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਦੀ ਜਦੋਂ ਕਸ਼ਮੀਰ ਦੇ ਪੰਡਿਤ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਤੇ ਆਪਣੇ ਬਾਪੂ ਨੂੰ ਪਾ ਕੇ ਗਲਵੱਕੜੀ ਆਖਿਆ, ਬਾਪੂ ਇਹਨਾਂ ਦਾ ਧਰਮ ਬਚਾਓ। ਜੇ ਅਸੀਂ ਸੋਚਦੇ ਹਾਂ ਕਿ ਅਸੀਂ ਬਾਜਾਂ ਵਾਲੇ ਜੋਧੀ ਪ੍ਰੀਤਮ ਦੇ ਪੁੱਤਰ ਹਾਂ ਤੇ ਫੇਰ ਸਾਨੂੰ ਉਹਨਾਂ ਦੇ ਦੱਸੇ ਹੋਏ ਮਾਰਗਾਂ ਤੇ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣਾ ਪੈਣਾ ਜੀ। ਇਸ ਲਈ ਚਾਹੇ ਜਿੰਨੀਆਂ ਮਰਜ਼ੀ ਔਕੜਾਂ ਆਉਣ, ਜੇ ਪੈਸਾ ਕਮਾਉਣਾ ਹੋਵੇ ਤਾਂ ਜਿੰਨਾ ਮਰਜ਼ੀ ਕਮਾ ਸਕਦਾ ਬੰਦਾ, ਪਰ ਅਸੀਂ ਹਮੇਸ਼ਾ ਵਿਸ਼ਵਾਸ ਰੱਖਿਆ ਆਪਣੇ ਦਸਾਂ ਮੋਹਾਂ ਦੀ ਕਿਰਤ ਕਮਾਈ ਤੇ, ਇੱਕ ਸੱਚ ਦੇ ਰਾਹ ਤੇ ਚੱਲਦੇ ਰਹੇ। ਪਰ ਜਿਹੜੇ ਸਾਡੇ ਪੰਥ ਦੇ ਮੋਹਰੀ, ਪੰਥ ਦੇ ਵੱਡੇ ਲੀਡਰ, ਪੰਥ ਦੇ ਬਾਬੇ ਜਿਨ੍ਹਾਂ ਨੇ ਸਾਨੂੰ ਬਹੁਤ ਵਿਸ਼ਵਾਸ, ਬਹੁਤ ਭਰੋਸਾ ਦਿੱਤਾ ਸੀ, ਅਸੀਂ ਤੁਹਾਡੇ ਨਾਲ ਖੜਾਂਗੇ ਜੀ, ਐਂ ਕਰਾਂਗੇ, ਉਹ ਕਰਾਂਗੇ, ਉਹ ਵੀ ਛੱਡ ਕੇ ਭੱਜ ਕੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ। ਨਾਮ ਤਾਂ ਲੈਣੇ ਪਊਗਾ ਜੀ ਜੋਗੀ ਸਾਹਿਬ। ਜੇ ਆਪਾਂ ਗੱਲ ਕਰੀਏ ਸਰਸੇ ਵਾਲੇ ਫਿਲਮ ਦੇ, ਇੱਕ ਉੱਥੇ ਪੇਸ਼ਕਸ਼ ਲਿਖਿਆ ਹੋਇਆ ਸੀਗਾ, ਪੇਸ਼ਕਸ਼ ਸੰਤ ਦਾਦੂਵਾਲ, ਉਹਨਾਂ ਵੱਲੋਂ ਸਪੌਂਸਰ ਕੀਤੀ ਗਈ ਸੀਗੀ। ਇਹ ਵੀ ਤੁਹਾਨੂੰ ਦੱਸਣਾ ਪਊਗਾ ਵੀ ਉਹਦੇ ਪਿੱਛੇ ਕੀ ਰਾਜ਼ ਸੀਗਾ। ਉਹਨਾਂ ਵੱਲੋਂ ਸਪੌਂਸਰ ਨਹੀਂ ਸੀ ਜੀ, ਪੈਸਾ ਤਾਂ ਮੈਂ ਲਾਇਆ ਆਪਣੀ ਫਿਲਮ ਤੇ। ਮੈਂ ਪਹਿਲਾਂ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਕੋਲ ਗਿਆ, ਉਹਨਾਂ ਨੂੰ ਜਾ ਕੇ ਬੇਨਤੀ ਕਰੀ, ਕਿਉਂਕਿ ਜਦੋਂ ਮੈਂ ਸ਼੍ਰੋਮਣੀ ਕਮੇਟੀ ਵਿੱਚ ਸਰਵਿਸ ਕਰ ਰਿਹਾ ਸੀ, ਜਦੋਂ ਉਸ ਟਾਈਮ ਮੇਰੀ ਮੁਕਤਸਰ ਏਰੀਏ ਵਿੱਚ ਡਿਊਟੀ ਸੀ ਜੀ, ਮੈਂ ਰਾਤ ਨੂੰ ਸੁੱਤਾ, ਸਵੇਰੇ ਉੱਠੇ ਜਦੋਂ ਅਖਬਾਰ ਪੜ੍ਹਿਆ, ਪਤਾ ਲੱਗਿਆ ਸਲਾਮਤਪੁਰੇ ਆਹ ਕਾਂਡ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਿਬਾਸ ਪਹਿਨ ਲਿਆ ਇੱਕ ਪਖੰਡੀ ਨੇ ਜੀ, ਸੱਤ ਆਪਣੇ ਉਹ ਦਰਿੰਦਿਆਂ ਨੂੰ, ਸਾਧਾਂ ਨੂੰ, ਉਹਨਾਂ ਨੂੰ ਪੰਜ ਪਿਆਰਿਆਂ ਦੇ ਸਨਮਾਨ ਦਿਖਾਇਆ ਗਿਆ, ਬੜਾ ਮਨ ਹਲੂਣਿਆ ਗਿਆ। ਉੱਠਿਆ, ਉੱਠ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਪਿੰਨ ਕਾਪੀ ਚੱਕਿਆ ਜੀ, ਬਸ ਉੱਥੋਂ ਸਟਾਰਟ ਕਰਿਆ ਤੇ ਇੱਕ ਮੈਂ ਫਿਲਮ ਤਿਆਰ ਕੀਤੀ ਜੀ। ਪਰ ਇੱਕ ਦੇਖਣ ਵਾਲੀ ਅਮਨਦੀਪ ਜੀ ਗੱਲ ਇਹ ਵੀ ਹੈ ਕਿ ਜਦੋਂ ਉਹ ਮੈਂ ਫਿਲਮ 2010 ਦੇ ਵਿੱਚ ਮੈਂ ਉਹ ਫਿਲਮ ਰਿਲੀਜ਼ ਕਰ ਰਿਹਾ, ਫਿਲਮ ਦੇ ਡਾਇਰੈਕਟਰ ਵੀ ਤੁਸੀਂ ਆਪ ਹੀ ਸੀਗੇ, ਲੇਖਕ ਵੀ ਮੈਂ ਆਪ ਸੀ, ਡਾਇਰੈਕਟਰ ਵੀ ਮੈਂ ਆਪ ਸੀ, ਤੇ ਐਕਟਰ ਵੀ ਆਪ ਸੀ, ਐਕਟਰ ਵੀ ਆਪ, ਤੇ ਬਾਬਾ ਵੀ ਆਪ ਸੀ, ਕਿਉਂਕਿ ਜੀ ਬਾਬਾ ਵੀ ਆਪ ਸੀ ਇਹਦੇ ਵਿੱਚ ਕਾਰਨ ਸਨ ਜੀ, ਉਹ ਕਾਰਨ ਇਹ ਸਨ ਕਿਉਂਕਿ ਜਿਹੜੇ ਨੂੰ ਪਤਾ ਲੱਗ ਜਾਂਦਾ ਸੀ ਇਹਦਾ ਐਡਾ ਭਾਉ ਸੀ, ਐਡਾ ਡਰ ਸੀ, ਲੋਕ ਡਰ ਰਹੇ ਸੀ ਉਸ ਸਮੇਂ ਦੀ ਗੱਲ ਹੈ, ਉਸ ਸਮੇਂ 2010 ਦੇ ਵਿੱਚ, ਕਿਉਂਕਿ ਪ੍ਰਧਾਨ ਮੰਤਰੀ ਤੱਕ ਉਹਦੇ ਦਬਦਬਾ ਹੇਠ ਸੀ, ਉਹਦੀ ਚੌਂਕੀ ਭਰਦੇ ਸੀ, ਚੌਂਕੀ ਭਰਦੇ ਸੀ, ਹਰਿਆਣੇ ਦੀ ਸਰਕਾਰ ਹੋਊਗੀ, ਪੰਜਾਬ ਦੀ ਸਰਕਾਰ ਹੋਊਗੀ, ਜੋ ਵੀ ਸਰਕਾਰਾਂ ਸਨ ਸਾਰੀਆਂ ਉਹਦੀਆਂ ਚੌਂਕੀਆਂ ਭਰਦੀਆਂ ਸਨ, ਲੋਕ ਡਰਦੇ ਸੀ। ਮੈਂ ਜਦੋਂ ਇਹ ਫਿਲਮ ਬਣਾਉਣ ਲੱਗਿਆ ਮੈਨੂੰ ਬਹੁਤ ਲੋਕਾਂ ਨੇ ਕਿਹਾ ਤੈਨੂੰ ਮਾਰ ਦੂ, ਤੈਨੂੰ ਮਰਵਾ ਦੂ, ਫਿਰ ਮੈਂ ਇੱਕੋ ਹੀ ਨਹੀਂ, ਉਹਦੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਸੀਗੀ, ਤੁਹਾਨੂੰ ਮਰਵਾ ਵੀ ਸਕਦੇ ਸੀਗੇ। ਬਾਬਾ ਬਲਜੀਤ ਸਿੰਘ ਕੋਲੇ ਜਦੋਂ ਮੈਂ ਗਿਆ, ਬਾਬਾ ਬਲਜੀਤ ਸਿੰਘ ਨੂੰ ਮੈਂ ਦੱਸਿਆ ਕਿ ਬਾਬਾ ਜੀ ਮੇਰੇ ਮਨ ਦਾ ਇੱਕ ਵਾਲ ਹੈ, ਮੇਰੇ ਮਨ ਦਾ ਇੱਕ ਬਲਬਲਾ ਹੈ ਵੀ ਮੈਂ ਇਹ ਪਖੰਡੀ ਦਾ ਪਖੰਡ ਬਾਰੇ ਕੁਛ ਲੋਕਾਂ ਨੂੰ ਦੱਸਣਾ ਚਾਹੁੰਦਾ, ਸੱਚ ਬੋਲਣਾ ਚਾਹੁੰਦਾ, ਸੱਚ ਸਾਹਮਣੇ ਲੈ ਕੇ ਆਉਣਾ। ਤੇ ਬਾਬਾ ਬਲਜੀਤ ਸਿੰਘ ਆਖਣ ਲੱਗਾ, ਕਹਿੰਦਾ ਬਹੁਤ ਵਧੀਆ ਸੋਚ ਹੈ, ਉਹਨਾਂ ਨੇ ਵੀ ਮੈਨੂੰ ਭਰੋਸਾ ਦਿੱਤਾ ਜੀ। ਜਦੋਂ ਉਹਨਾਂ ਨੇ ਹਾਂ ਮੇਰੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ, ਮੇਰਾ ਉਤਸ਼ਾਹ ਵੱਧ ਗਿਆ।
ਤੇ ਮੈਂ ਉਹ ਫਿਲਮ ਬਣਾਉਣ ਦੀ ਖਾਤਰ ਮੈਂ ਕਿਸੇ ਪਾਤਰ ਨੂੰ ਨਹੀਂ ਦੱਸਿਆ ਕਿ ਮੈਂ ਕਿਹੜੀ ਫਿਲਮ ਬਣਾ ਰਿਹਾ। ਜੇ ਮੈਂ ਕਿਸੇ ਪਾਤਰ ਨਾਲ ਗੱਲ ਕਰਦਾ ਸੀ ਜਾਂ ਪਾਤਰ ਨਾਲ ਰਹਿ ਕਰਦਾ ਸੀ ਫਿਰ ਮੈਂ ਪਾਤਰਾਂ ਨੂੰ ਇਹੀ ਸੋਚਿਆ ਵੀ ਪਾਤਰਾਂ ਨੂੰ ਨਾ ਦੱਸਿਆ ਜਾਏ। ਫਿਰ ਮੈਂ ਫਿਲਮ ਬਣਾਉਣ ਦੇ ਲਈ ਕਈ ਪਾਤਰਾਂ ਨਾਲ ਸੰਪਰਕ ਕਰਿਆ। ਜਦੋਂ ਮੈਨੂੰ ਪੁੱਛਿਆ ਜਾਂਦਾ ਸੀ ਵੀ ਕਿਹੜੀ ਫਿਲਮ ਬਣ ਰਹੀ ਹੈ ਤੇ ਮੈਂ ਦੱਸ ਦੇਣਾ ਮੈਂ ਕਮੇਡੀ ਫਿਲਮ ਬਣਾ ਰਿਹਾ ਰੰਨਾ ਚਿੱਤਨਾ। ਜੇ ਮੈਨੂੰ ਕਿਸੇ ਹੋਰ ਨੇ ਪੁੱਛਣਾ ਤਾਂ ਉਹਨੂੰ ਵੀ ਮੈਂ ਇਹੀ ਦੱਸਣਾ। ਚਲੋ ਅਸੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜੀ। ਜਿਹੜੀ ਸ਼ੂਟਿੰਗ ਸੀ ਪੰਜਾਬ ਵਿੱਚ ਕੀਤੀ? ਉਹ ਬਰਨਾਲਾ ਸ਼ਹਿਰ ਦੀ ਸ਼ੂਟਿੰਗ ਹੋਈ। ਬਰਨਾਲਾ ਸ਼ਹਿਰ ਪਿੰਡਾਂ ਵਿੱਚ ਕੀਤੀ ਜਾਂ ਸੰਘੇੜਾ ਪਿੰਡ ਹੋਈ ਜਾਂ ਆਸਥਾ ਕਲੋਨੀ ਵਿੱਚ ਹੋਊਗੀ ਜਾਂ ਇੱਧਰ ਰਾਧਾ ਰਾਣੀ ਕਲੋਨੀ ਹੋਊਗੀ, ਇਹੋ ਜਿਹੀਆਂ ਕਲੋਨੀਆਂ ਦੇ ਵਿੱਚ। ਕਿਉਂਕਿ ਇੱਕ ਤੁਹਾਨੂੰ ਲਾ ਰੋਡ ਤੇ ਕਲੋਨੀ ਹੈ, ਉਹਦੇ ਵਿੱਚ ਉਹ ਗੁਫਾ ਦਾ ਰੂਪ ਬਣਾਇਆ ਗਿਆ, ਉਹ ਸਭ ਤੋਂ ਜਿਹੜਾ ਬਾਬਾ ਰਹਿੰਦਾ ਸੀ ਗੁਫਾ ਚ, ਹਾਂ ਉਹ ਬਾਬੇ ਦੀ ਗੁਫਾ ਦਿਖਾਈ ਗਈ ਆ ਉਹਦੇ ਚ ਫਿਲਮ ਚ। ਤੇ ਸੇਮ ਟੂ ਸੇਮ ਅਸੀਂ ਉਹੀ ਸੀਨ ਬਣਾ ਕੇ, ਪਰ ਜਦੋਂ ਲਿਖਿਆ ਕਮਾਲ ਇਹ ਹੋ ਗਈ ਵੀ ਜਿਹੜਾ 2010 ਦੇ ਵਿੱਚ ਲਿਖਿਆ ਗਿਆ ਉਹ ਬਾਅਦ ਦੇ ਵਿੱਚ ਪੰਚਕੂਲਾ ਚ ਉਹੀ ਚੀਜ਼ ਵਾਪਰੀ ਜੀ। ਮੈਂ ਵੀ ਉਹ ਫਿਲਮ ਦੇਖੀ ਸੀਗੀ ਸਾਵੇਂ ਤੋਂ ਸਰਸੇ ਵਾਲੇ ਬਾਬੇ। ਹਾਂਜੀ ਸਾਵੇਂ ਹੀ ਤੁਸੀਂ ਜਿਵੇਂ ਸੇਮ ਟੂ ਸੇਮ ਡਿਟੋ ਕਾਪੀ ਸਰਸੇ ਵਾਲੇ ਦੀ ਉਹੀ ਗੁਫਾ ਦਿਖਾਈ ਗਈ ਜਿੱਥੇ ਬਾਬਾ ਗੁਫੀ ਚ ਰਹਿੰਦਾ, ਪੱਤਰਕਾਰ ਮਾਰਿਆ, ਸਬਜ਼ੀਆਂ ਗਰੀ ਸੜੀਆਂ, ਖੋਲ ਬਹੁਤ ਕੁਝ ਦਿਖਾਇਆ, ਸੱਚਾਈ ਸਾਹਮਣੇ ਦਿਖਾਈ, ਪਰ ਸੱਚਾਈ ਦੇ ਤੁਸੀਂ ਬਾਵਜੂਦ ਝੂਠੇ ਪਰਚੇ ਹੋਏ ਸਭ ਤੋਂ ਬਾਅਦ। ਜਦੋਂ ਇਹ ਫਿਲਮ ਪੂਰੀ ਬਣ ਗਈ, ਜਿਹੜੀ ਤੁਸੀਂ ਫਿਲਮ ਦੀ ਰਿਲੀਜ਼ ਕਿੱਥੇ ਕੀਤੀ ਸੀ ਉਹ ਵੀ ਦੱਸਣ ਲੱਗਾ। ਜਦੋਂ ਇਹ ਫਿਲਮ ਪੂਰੀ ਤਿਆਰ ਹੋ ਗਈ ਉਹ ਫਿਲਮ ਨੂੰ ਫਿਰ ਰਿਲੀਜ਼ ਕਰਨ ਦੇ ਲਈ ਅਸੀਂ ਬਾਬਾ ਜੀ ਨਾਲ ਸੰਪਰਕ ਕਰਿਆ, ਬਾਬਾ ਜੀ ਆ ਫਿਲਮ ਤਿਆਰ ਹੋ ਗਈ ਆ, ਮਾਸਟਰ ਬਣ ਗਿਆ। ਤੇ ਉਹਨਾਂ ਨੇ ਗੱਲ ਕਹੀ ਵੀ ਹਜੇ ਖੜ ਜਾਓ, ਆਪਣਾ ਪ੍ਰੋਗਰਾਮ ਆਉਣਾ ਦਾਦੂਵਾਲ ਸਾਹਿਬ। ਉੱਥੇ ਪ੍ਰੋਗਰਾਮ ਤੇ ਜੇ ਕਿਉਂਕਿ ਫਿਰ ਮੈਂ ਕੰਪਨੀ ਚ ਜਾ ਕੇ ਸੰਪਰਕ ਕਰਿਆ, ਸੀਡੀਆਂ ਬਣਾਈਆਂ, ਡਿਸਕਾਂ ਬਣਾਈਆਂ, ਉਹ ਸਾਰਾ ਪੈਸਾ ਮੈਂ ਲਾਇਆ। ਉਹ ਲਾ ਕੇ ਪੈਸਾ ਜਦੋਂ ਡਿਸਕਾਂ ਬਣ ਗਈਆਂ, ਸੀਡੀਆਂ ਤਿਆਰ ਹੋ ਗਈਆਂ, ਪੋਸਟਰ ਬਣ ਗਏ, ਫਿਰ ਅਸੀਂ ਉਹ ਦਾਦੂਵਾਲ ਸਾਹਿਬ ਜਿੱਥੇ ਪ੍ਰੋਗਰਾਮ ਸੀ ਉੱਥੇ ਅਸੀਂ ਉਹ ਸਾਰਾ ਸਮਾਨ ਲੈ ਕੇ ਉੱਥੇ ਪਹੁੰਚੇ। ਉੱਥੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਸੁਰਜੀਤ ਕੌਰ ਬਰਨਾਲਾ, ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਮੋਹਰਾਂ ਵਾਲੀ, ਬਾਬਾ ਦਾਦੂਵਾਲ, ਹੋਰ ਮਹਾਂਪੁਰਸ਼ ਸੰਤ ਬਹੁਤ ਦੂਰੋਂ ਦੂਰੋਂ ਪਹੁੰਚੇ ਹੋਏ ਸਨ। ਉਸ ਸਮੇਂ ਜਦੋਂ ਇਹ ਫਿਲਮ ਰਿਲੀਜ਼ ਕਰਨ ਲੱਗੇ, ਕਿਉਂਕਿ ਇਹ ਉਹ ਕੰਮ ਹੋ ਰਿਹਾ ਸੀ, ਕਹਿੰਦਾ ਮੋਢਾ ਤੇਰਾ ਤੇ ਬੰਦੂਕ ਮੇਰੀ, ਮੋਢਾ ਤੁਹਾਡਾ ਤੇ ਬੰਦੂਕ ਉਹਦੀ, ਬੰਦੂਕ ਕਿਹਦੀ? ਦਾਦੂਵਾਲ ਦੀ। ਕਿਉਂਕਿ ਦਾਦੂਵਾਲ ਸਾਹਿਬ ਨੂੰ ਫਿਰ ਬਹੁਤ ਮਿਰਚਾਂ ਲੱਗਦੀਆਂ, ਬਹੁਤ ਮੈਨੂੰ ਤਾਂ ਹਾਸੀ ਆਉਂਦੀ ਹੈ ਦਾਦੂਵਾਲ ਸਾਹਿਬ ਤੇ ਵੀ। ਅਮਨ ਜੀ ਤੁਸੀਂ ਕਰਤਾ ਦਿੱਤੀ ਇਹ ਵੀਡੀਓ, ਕਿਉਂਕਿ ਮੈਂ ਕਰਨਾ ਨੀ ਚਾਹੁੰਦਾ ਸੀ। ਫਿਰ ਦਾਦੂਵਾਲ ਸਾਹਿਬ ਤਾਂ ਐ ਨੀ ਪਤਾ ਵੀ ਇੱਕ ਛੋਟੀ ਜਿਹੀ ਕਲਿੱਪ ਜੀ ਕੱਢ ਕੇ ਉਹ ਪਤਾ ਨੀ ਕੀ ਕੁਝ ਬੋਲ ਜਾਂਦੇ ਮੇਰੇ ਵਾਸਤੇ। ਦਾਦੂਵਾਲ ਸਾਹਿਬ ਨੂੰ ਇੱਕ ਬੇਨਤੀ ਕਰਦਾ ਵੀ ਬਰਨਾਲੇ ਸ਼ਹਿਰ ਜਾ ਕੇ ਦਾਸ ਬਾਰੇ ਮੜ ਜਾ ਪੁੱਛ ਲਿਓ, ਕਿਉਂਕਿ ਮੈਂ ਕੰਜਰਾ ਵਾਂਗੂ ਪੈਸੇ ਤਾਂ ਕਮਾਏ ਨੀ, ਮੈਂ ਇੱਜ਼ਤ ਕਮਾਈ ਹੈ ਜਾਂ ਲੋਕਾਂ ਦੇ ਵਿੱਚ ਵਿਚਰਿਆ ਜਾਂ ਲੋਕਾਂ ਦੀ ਖਾਤਰ ਖੜਿਆ। ਸੁਣਨ ਚ ਆਇਆ ਕਹਿੰਦੇ ਵੀ ਜਿਹੜੀ ਤੁਸੀਂ ਪਿਕਚਰ ਰਿਲੀਜ਼ ਕੀਤੀ ਸੀਗੀ, ਕਹਿੰਦੇ ਉਹਦੇ ਵਿੱਚ ਜਿਹੜਾ ਪੈਸਾ ਡਿੱਗਿਆ ਮੀਂਹ ਵਾਂਗੂ ਡਿੱਗਿਆ, ਤੇ ਤੁਸੀਂ ਕਹਿੰਦੇ ਅਸੀਂ ਮੈਨੂੰ ਮਿਲਿਆ ਕੁਛ ਨੀ, ਮੈਂ ਤਾਂ ਗਰੀਬ ਆ, ਭਾਂਡੇ ਮਾਂਜਦਾ, ਸਬਜ਼ੀਆਂ ਵੇਚਦਾ,
ਪਰ ਮੈਨੂੰ ਤਾਂ ਲੱਗਦਾ ਨੀ ਕੋਈ ਸਬਜ਼ੀਆਂ ਇਹ ਕੁਛ ਕਰਦੇ ਹੋਣਗੇ, ਕਿਹੜੇ ਪੈਸੇ ਬਹੁਤ ਡਿੱਗੇ ਪਾਣੀ ਵਾਲੇ। ਦੇਖੋ ਪੈਸਾ ਬਹੁਤ ਆਇਆ ਹੋਣਾ, ਹੋ ਸਕਦਾ, ਕਿਉਂਕਿ ਜੋ ਸਾਡੇ ਵਰਲਡ ਦੀ ਸੰਗਤ ਹੈ ਉਹ ਹਮੇਸ਼ਾ ਯੋਧਿਆਂ ਦੇ ਨਾਲ ਖੜੀ ਹੈ। ਜਿਹੜੇ ਕੋਈ ਕੁਰਬਾਨੀਆਂ ਕਰਨ ਵਾਲੇ ਸੂਰਮੇ ਨੇ, ਨੌਜਵਾਨ ਨੇ, ਹਮੇਸ਼ਾ ਉਹਨਾਂ ਨਾਲ ਖੜੀ ਹੈ। ਉਹਨਾਂ ਲਈ ਜਿੰਨੇ ਯੋਗ ਹੋ ਸਕੇ ਉਨੀ ਫੰਡਿੰਗ ਵੀ ਕੀਤੀ ਹੈ, ਪਰ ਉਹਦੇ ਚ ਕਿਉਂਕਿ ਜਦੋਂ ਸਿੱਧੀ ਚੀਜ਼ ਆਉਣੀ ਜਾਂ ਉਹਦੇ ਵਿੱਚ ਕੋਈ ਦਲਾਲ ਪੈ ਜਾਣਾ, ਉਹ ਚੀਜ਼ ਦਾ ਬਹੁਤ ਫਰਕ ਹੁੰਦਾ। ਨਾ ਕਿ ਆਪਾਂ ਦਲਾਲ ਸ਼ਬਦ ਵਰਤਿਆ, ਨਹੀਂ ਨਹੀਂ ਦਲਾਲ ਕੌਣ ਸੀ? ਇੱਕ ਮੇਰੀ ਕਹਿਣ ਦਾ ਉਦਾਹਰਣ ਹੈ ਵੀ ਉਧਰੋਂ ਜੇ ਆਪਾਂ ਵਿਚੋਲਾ ਵਿੱਚ ਆਪਾਂ ਕਹਿ ਦਈਏ ਵਿਚੋਲਾ ਵਿੱਚ ਪਿਆ ਹੋਇਆ, ਗੱਲ ਸਮਝਾਓ ਨਾ, ਇੱਕ ਦਲਾਲ ਇੱਕ ਵਿਚੋਲਾ ਦੋਨੇ ਸ਼ਬਦ ਇੱਕੋ ਹੀ ਨੇ, ਤਾਂ ਤੁਸੀਂ ਇਹ ਕਿਹਤੇ ਯੂਜ਼ ਕਰ ਰਹੇ ਹੋ? ਨਹੀਂ, ਮੈਂ ਮੇਰੀ ਕਹਿਣ ਦੇ ਮਤਲਬ ਹੈ ਕੋਈ ਵੀ ਹੈ, ਇਹ ਇੱਕ ਸੰਤ ਮਹਾਂਪੁਰਸ਼ ਜਾਂ ਇੱਕ ਜੋ ਕੌਮ ਦਾ ਲੀਡਰ ਘਵਾਉਣ ਵਾਲਾ ਜਾਂ ਇੱਕ ਕੌਮ ਦਾ ਵੱਡਾ ਆਪਣੇ ਆਪ ਨੂੰ ਪਹਿਰੇਦਾਰ ਦੱਸਣ ਵਾਲਾ ਉਹ ਕੋਈ ਵੀ ਹੋਵੇ। ਕਿਉਂਕਿ ਮੈਂ ਦੇਖਿਆ ਭਾਈ ਬੇਅੰਤ ਸਿੰਘ ਜੀ ਦੇ ਬੇਟਾ ਜੀ ਸਰਬਜੀਤ ਸਿੰਘ ਜੀ ਖਾਲਸਾ, ਉਹਨਾਂ ਨੇ ਵੀ ਦੱਸਿਆ, ਕਹਿੰਦੇ ਵੀ ਮੈਂ ਇੰਨਾ ਤੰਗ ਹੋ ਗਿਆ ਸੀ ਤੇ ਮੈਂ ਆਪਣੇ ਕੌਮ ਦੇ ਕਿਸੇ ਲੀਡਰ ਨੂੰ ਕਿਹਾ ਵੀ ਐਂ ਕਰਕੇ ਮੈਂ ਤੰਗੀ ਪਰੇਸ਼ਾਨੀ ਚ ਆ, ਤੇ ਕਹਿੰਦਾ ਉਹਨਾਂ ਨੇ ਕਿਹਾ ਵੀ ਬਾਹਰੋਂ ਜੋ ਫੰਡਿੰਗ ਆਉਂਦੀ ਆ ਉਹ ਫੰਡਿੰਗ ਸਾਰੀ ਉਹ ਵੀ ਰੱਖ ਜਾਂਦੇ, ਉਹਨਾਂ ਕੋਲੇ ਕੁਛ ਵੀ ਨਹੀਂ ਜਾਂਦਾ ਸੀ। ਉਹਨਾਂ ਨੂੰ ਹਲਾ ਕੇ ਕਿਹਾ ਗਿਆ ਵੀ ਤੁਸੀਂ ਇਹ ਅਨਾਊਂਸ ਕਰ ਦਿਓ ਵੀ ਜੋ ਬਾਹਰੋਂ ਫੰਡਿੰਗ ਆ ਰਹੀ ਹੈ ਸਾਡਾ ਬਹੁਤ ਵਧੀਆ ਤਰੀਕੇ ਦੇ ਨਾਲ, ਸਾਨੂੰ ਜਿੰਨੀ ਫੰਡਿੰਗ ਆਉਂਦੀ ਉਹ ਸਾਡੇ ਕੋਲ ਪਹੁੰਚ ਜਾਂਦੀ ਹੈ। ਇਹ ਸ਼ਬਦ ਉਹਨਾਂ ਆਪਣੇ ਮੂੰਹ ਕਹੇ? ਉਹ ਮੂੰਹੋਂ ਕਹੇ ਇੰਟਰਵਿਊ ਚ, ਇੰਟਰਵਿਊ ਚ ਕਹੇ। ਤੇ ਜਦੋਂ ਭਾਈ ਸਰਬਜੀਤ ਸਿੰਘ ਨੇ ਕਹੇ ਜੀ, ਇਹ ਭਾਈ ਸਰਬਜੀਤ ਸਿੰਘ ਖਾਲਸਾ ਜੀ, ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਫੇਰ ਭਾਈ ਸਰਬਜੀਤ ਸਿੰਘ ਦੇ ਵਿਰੋਧ ਕਰਨ ਦੇ ਮੁਤਾਬਕ ਫਿਰ ਉਹ ਲੀਡਰ ਵਿਰੋਧ ਕਰਨ ਲੱਗ ਗਿਆ ਜੋ ਆਪਣੇ ਕੌਮ ਦਾ ਲੀਡਰ ਹੈ, ਉਹਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਕਿੰਤੂ ਪ੍ਰੰਤੂ ਕਰਿਆ। ਇਹੀ ਕਾਰਨ ਹੈ, ਇਹ ਇੱਕ ਤੇ ਗੱਲ ਨਹੀਂ ਰੁਕਦੀ, ਜੋ ਕੁਰਬਾਨੀਆਂ ਕਰਨ ਵਾਲੇ ਹੋਰ ਨੇ ਜੀ, ਤੇ ਜਿਹੜੇ ਖਾਣ ਵਾਲੇ ਨੇ ਉਹ ਚਾਹੇ ਸਾਧਾਂ ਦੇ ਰੂਪ ਚ ਹੋਣ ਚਾਹੇ ਕਿਸੇ ਰੂਪ ਚ ਹੋਣ, ਉਹ ਬੈਠੇ ਨੇ ਮੂਹਰੇ, ਉਹ ਹੜੱਪਣ ਨੂੰ ਬੈਠੇ ਆ। ਬਸ ਦੇਖੋ ਅੱਜ ਆਪਣੇ ਜੋ ਸੰਘਰਸ਼ੀ ਸਿੰਘ ਸੀ ਉਹ ਕੌਮ ਦੀ ਖਾਤਰ ਸ਼ਹੀਦ ਹੋ ਗਏ, ਉਹਨਾਂ ਨੂੰ ਅੱਤਵਾਦੀ, ਸੱਤਵਾਦੀ, ਖਾੜਕੂ, ਵੱਖਵਾਦੀ ਕਹਿ ਕੇ ਪੁਕਾਰਿਆ ਗਿਆ, ਉਹ ਸ਼ਹੀਦ ਹੋ ਗਏ। ਉਹਨਾਂ ਦੇ ਬੱਚੇ ਰੁਲ ਰਹੇ ਨੇ, ਉਹਨਾਂ ਦੀਆਂ ਘਰ ਵਾਲੀਆਂ ਦਾ ਬਹੁਤ ਮੰਦਾ ਹਾਲ ਹੋਇਆ, ਉਹ ਸਿੰਘਣੀਆਂ ਆਪਦੇ ਸਿਦਕ ਤੇ ਪੱਕੀਆਂ ਰਹੀਆਂ, ਪਰ ਅੱਜ ਉਹਨਾਂ ਦੇ ਹਾਲਾਤ ਕੀ ਨੇ? ਪਰ ਕਿਹੜਾ ਪੰਥ ਦਾ, ਕਿਹੜਾ ਕੌਮ ਦਾ ਉਹ ਲੀਡਰ ਹੈ, ਕਿਹੜਾ ਕੌਮ ਦਾ ਮੋਢੀ ਹੈ ਜਿਹੜਾ ਉਹਨਾਂ ਦੇ ਮਗਰ ਖੜਾ? ਨਹੀਂ, ਬਾਅਦ 'ਚ ਤਾਂ ਇੱਦਾਂ ਹੀ ਕਹਿੰਦੇ ਨੇ ਜਿਹੜੇ ਉਸ ਅੱਤਵਾਦ ਪੀੜਿਤ ਨੇ, ਜਿਹੜੇ ਅੱਤਵਾਦ ਦੇ ਪਰਿਵਾਰ ਨੇ, ਤੇ ਜਿਹੜੇ ਸਿੱਖ ਕੌਮ ਦੇ ਜਿਹੜੇ ਨੇ ਯੋਧਿਆਂ ਦੀ ਸੇਵਾ ਕੀਤੀ, ਸਿੱਖ ਕੌਮ ਦੀ ਕੀਤੀ, ਸਿੱਖ ਕੌਮ ਲਈ ਕੁਛ ਵੀ ਕੀਤਾ, ਫਿਰ ਅਸੀਂ ਬਾਹਰੋਂ ਫਾਂਡੀ ਬਹੁਤ ਭੇਜ ਰਹੇ ਹਾਂ ਉਹਨਾਂ 'ਚ, ਪਰਿਵਾਰ ਦੇ ਬੱਚਿਆਂ ਲਈ, ਪੜ੍ਹਾਈਆਂ ਲਈ, ਲਿਖਾਈਆਂ ਲਈ, ਕਈਆਂ ਦੇ ਘਰ ਬਣਵਾ ਰਹੇ ਨੇ, ਪਰ ਇਹ ਮੈਨੂੰ ਗੱਲ ਸਮਝ ਨਹੀਂ ਆਈ। ਤੁਸੀਂ ਕਹਿੰਦੇ ਵੀ ਅੱਜ ਉਹਨਾਂ ਦਾ ਬੁਰਾ ਹਾਲ ਹੈ, ਜਿਹੜੇ NRI ਵੀਰ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ਬਦ ਹੈ, ਇੱਕ ਭਾਵਨਾ, ਉਹ ਆਪਣੇ ਪੰਜਾਬ ਨੂੰ ਇੱਕ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਆ, ਉਹ ਚਾਹੁੰਦੇ ਆ ਵੀ ਸਾਡੇ ਪੰਜਾਬ ਦਾ ਕੋਈ ਗੁਰਸਿੱਖ, ਕੋਈ ਸਾਡਾ ਸੰਘਰਸ਼ੀ ਨੌਜਵਾਨ ਉਹ ਇਹੋ ਜਿਹਾ ਨਾ ਹੋਵੇ ਕਿ ਉਹਦੇ ਬੱਚੇ ਦਰ ਦਰ ਭੜਕਣ। ਫੰਡਿੰਗ ਬਹੁਤ ਕੀਤੀ ਜਾਂਦੀ ਹੈ, ਪਰ ਉਹ ਫੰਡਿੰਗ ਸਿਰਫ ਇੱਥੇ ਹੀ ਰੋਕ ਕੇ ਰਹਿ ਜਾਂਦੀ ਹੈ। ਉਹਦਾ ਵੱਡਾ ਕਾਰਨ ਹੈ
ਕਿਉਂਕਿ ਇਹਦੇ ਵਿੱਚ ਹਜੇ ਵੀ ਕੁਛ ਨਹੀਂ ਵਿਗੜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਵੀ ਹਲੇ ਵੀ ਕੁਛ ਨਹੀਂ ਵਿਗੜਿਆ, ਹਲੇ ਵੀ ਆਪਾਂ ਇਹ ਕੌਮ ਨੂੰ ਬਚਾ ਸਕਦੇ ਹਾਂ। ਤੁਸੀਂ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਪ੍ਰਚਾਰਕ ਸੀਗੇ, ਤੁਸੀਂ ਆਪਣੀ ਬੇਨਤੀ ਕਿਉਂ ਨਹੀਂ ਕੀਤੀ, ਧੁਨ ਵੀ ਕੱਢ ਕੇ ਬਾਹਰ ਮਾਰੇ? ਇਹਦੀ ਤਾਂ ਗੱਲ ਹੈ ਜੀ, ਕਿਉਂਕਿ ਆਪਦਾ ਸਿਰ ਗੁੰਧਣਾ ਔਖਾ। ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੀ ਸੋਚ ਤੇ ਚੱਲਦੀ ਵੀ ਇਹ ਬੰਦੇ ਨੇ ਐਡੀ ਕੁਰਬਾਨੀ ਕਰੀ ਹੈ, ਸਰਸਿਆਂ ਦੀ ਫਿਲਮ ਬਣਾਈ, ਜੇਲ੍ਹ ਵਗ ਗਿਆ, ਤੇ ਇਹ ਬੰਦੇ ਨੂੰ ਆਪਾਂ ਨੌਕਰੀ ਚੋਂ ਕੱਢਦੇ ਹਾਂ। ਉਹ ਵੀ ਕੁਝ ਬੰਦਿਆਂ ਦੇ ਕਹਿਣ ਤੇ ਝੂਠੇ, ਉਹਨਾਂ ਦੇ ਇੱਕ ਕਿੱਥੇ ਤੋਂ ਸਨਮਾਨ ਕਰਨਾ ਚਾਹੀਦਾ ਸੀ, ਕਿੱਥੇ ਸਨਮਾਨ ਕਰਨਾ ਚਾਹੀਦਾ, ਕਿੱਥੇ ਤੋਂ ਨੌਕਰੀ ਚੋਂ ਕੱਢਤਾ। ਇਹ ਮੈਂ ਇੱਕ ਦੇਖਿਆ, ਉਹ ਕਹਿੰਦੇ ਆ ਨਾ, ਕਹਿੰਦੇ ਜੇ ਕਿਸੇ ਤਗੜੇ ਘਰ ਦਾ ਕੁੱਤਾ ਮਰ ਜੇ ਨਾ, ਉਹਦੇ ਤੇ ਸਾਰਾ ਪਿੰਡ, ਸਾਰਾ ਜ਼ਿਲ੍ਹਾ, ਸਾਰਾ ਜਿੰਨਾ ਲੋਕ ਹੋਣਗੇ ਅਫਸੋਸ ਕਰਨਾ ਹੁੰਦੇ, ਅਫਸੋਸ ਕਰਨਾ। ਜੇ ਗਰੀਬ, ਜੇ ਕੋਈ ਗਰੀਬ ਦਾ ਨੌਜਵਾਨ ਪੁੱਤ ਵੀ ਮਰ ਜੇ ਤਾਂ ਕੋਲੋਂ ਨੀ ਲੰਘ ਜਾਂਦੇ ਆ ਮੂੰਹ ਫੇਰ ਕੇ, ਇਹ ਗੱਲ ਹੁੰਦੀ ਹੈ। ਕਿਉਂਕਿ ਇਹ ਲੋਕ ਨੀ ਚਾਹੁੰਦੇ, ਇਹ ਲੋਕ ਚਾਹੁੰਦੇ ਆ ਜੋ ਸਾਡੀ ਕੌਮ ਦਾ ਇਨਸਾਨ ਹੈ, ਜੇ ਉਹ ਕਹਿੰਦੇ ਵੀ ਹਾਂ ਠੀਕ ਹੈ ਤਾਂ ਉਹਦੇ ਮਗਰ ਹਜ਼ਾਰਾਂ ਲੱਖਾਂ ਬੰਦੇ ਤੁਰ ਪੈਂਦੇ। ਪਰ ਜੇ ਕੋਈ ਹੋਰ ਕੌਮ ਦਾ ਮਜ਼ਹਬੀ ਸਿੱਖ ਹੋਵੇ, ਰਮਦਾਸੀਆ ਸਿੱਖ ਹੋਵੇ, ਰਾਜਪੂਤ ਹੋਵੇ, ਜਾਂ ਕੋਈ ਹੋਰ ਕੌਮ ਦਾ, ਚਾਹੇ ਜਿੱਡੀ ਮਰਜ਼ੀ ਕੁਰਬਾਨੀ ਕਰਨ ਵਾਲਾ ਯੋਧਾ ਹੋਵੇ, ਉਹਦਾ ਨਾਂ ਹੀ ਮੂਹਰੇ ਆਊਗਾ ਜੀ। ਜੇ ਆਪਾਂ ਜੋਗੀ ਸਾਹਿਬ ਗੱਲ ਕਰੀਏ ਪਿਕਚਰ ਬਾਰੇ, ਫਿਲਮ ਬਾਰੇ, ਸਰਸਿਆ ਦੇ ਤੁਸੀਂ ਜਿਹੜੇ ਉਹਦੇ ਖਿਲਾਫ਼ ਬਣਾਈ ਸੀਗੀ, ਫਿਰ ਤੁਹਾਨੂੰ ਕੀ ਹਰਜਾਨਾ ਭੁਗਤਣਾ ਪਿਆ? ਮੈਂ ਉਹ ਗੱਲ ਕਰ ਰਹੀ ਸੀ ਜਦੋਂ ਇਹ ਰਿਲੀਜ਼ ਹੋਣ ਲੱਗੀ ਫਿਲਮ ਦੀ, ਤੇ ਫਿਰ ਦਾਦੂਵਾਲ ਸਾਹਿਬ ਨੇ ਉਹ ਪੋਸਟਰ ਫੜ ਕੇ ਬੀਬੀ ਸਰਜੀਤ ਕੌਰ ਬਰਨਾਲਾ ਨੂੰ, ਰਾਜਦੇਵ ਸਿੰਘ ਖਾਲਸਾ ਜੀ, ਦਾਤੂਵਾਲ, ਮੋਹਰਾਂ ਵਾਲੀ, ਇਹ ਸਾਰਿਆਂ ਨੇ ਖੜ ਕੇ ਇੱਕ ਲਾਈਨ ਦੇ ਵਿੱਚ ਉਹਨੂੰ ਰਿਲੀਜ਼ ਕੀਤਾ। ਜਦ ਕਿ ਫਰਜ਼ ਦਾਦੂਵਾਲ ਸਾਹਿਬ ਦਾ ਇਹ ਬਣਦਾ ਸੀ, ਕਿਉਂਕਿ ਫਿਲਮ ਲਿਖੀ ਮੈਂ, ਡਾਇਰੈਕਸ਼ਨ ਮੇਰੀ, ਵੀਡੀਓ ਮੇਰੀ, ਸਭ ਕੁਛ ਮੇਰਾ। ਫਿਰ ਦਾਦੂਵਾਲ ਸਾਹਿਬ ਨੂੰ ਇੱਕ ਮੈਂ ਇਸ ਲਈ ਲਿਆ ਸੀ ਕਿ ਇਹ ਪੰਥ ਦਾ ਜਰਨੈਲ ਹੈ, ਪੰਥ ਦੀ ਗੱਲ ਕਰ ਰਿਹਾ, ਪੰਥ ਲਈ ਲੜ ਰਿਹਾ, ਇਸ ਲਈ ਮੈਂ ਦਾਦੂਵਾਲ ਸਾਹਿਬ ਨੂੰ ਨਾਲ ਲਿਆ ਸੀ। ਪਰ ਦਾਦੂਵਾਲ ਸਾਹਿਬ ਨੇ ਜਦੋਂ ਫਿਲਮ ਰਿਲੀਜ਼ ਕਰੀ, ਸਿਰਫ ਸ਼ੋਭਾ ਖੱਟਣ ਲਈ ਕਿ ਇਹ ਫਿਲਮ ਮੈਂ ਬਣਾਈ ਹੈ, ਇਹ ਫਿਲਮ ਮੈਂ ਪ੍ਰਮੋਟ ਕਰ ਰਿਹਾ, ਇਹ ਫਿਲਮ ਮੈਂ ਪੈਸਾ ਲਾਇਆ ਫਿਲਮ ਤੇ। ਤੁਸੀਂ ਬਿਲਕੁਲ ਸਹੀ ਕਿਹਾ, ਥੱਲੇ ਲਿਖਿਆ ਪੇਸ਼ ਕਰ ਦਾਦੂਵਾਲ, ਤੁਸੀਂ ਬਿਲਕੁਲ ਗੱਲ ਸਹੀ ਕਹੀ। ਤੇ ਇਸ ਲਈ ਜਦੋਂ ਉਹ ਫਿਲਮ ਰਿਲੀਜ਼ ਹੋਈ, ਇਹਨਾਂ ਨੇ ਰਿਲੀਜ਼ ਕਰਤੀ, ਚਲੋ ਅਸੀਂ ਸਟੇਜ ਤੋਂ ਥੱਲੇ ਹੀ ਖੜੇ। ਡਾਇਰੈਕਟਰ ਜੋਗੀ, ਪਰ ਤੁਸੀਂ ਸਟੇਜ ਥੱਲੇ, ਰਿਲੀਜ਼ ਕਰਨ ਵਾਲਾ ਦਾਦੂਵਾਲ, ਗੱਲ ਨੂੰ ਸਮਝ ਗਏ? ਉਹ ਗੱਲ ਤਾਂ ਇਹੀ ਹੈ, ਕਹਿੰਦਾ ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਵਿੱਚ। ਇਹਨਾਂ ਨੂੰ ਇਹ ਹੁੰਦਾ ਹੈ ਵੀ ਇਹ ਬੰਦੇ ਨੂੰ ਆਪਾਂ ਲੈ ਲਿਆ ਮੂਹਰੇ, ਜੋ ਕੁਛ ਬਾਹਰ ਘਾਟ ਹੋਊਗੀ ਇਹਦੇ ਨਾਂ ਤੇ ਹੋਊ, ਜੇ ਇਹ ਬੰਦਾ ਆਪਣੇ ਨਾਲ ਚੱਲੂ ਤਾਂ ਵੀ ਠੀਕ ਹੈ, ਜੇ ਇਹ ਬੰਦੇ ਨੂੰ, ਜੇ ਝੂਠੇ ਸੌਦੇ ਸਾਧ ਵਰਗੇ ਜਾਂ ਕੋਈ ਹੋਰ ਬੰਦਾ ਆ ਕੇ ਇਹਨੂੰ ਹਾਨੀ ਪਹੁੰਚਾਉਂਦਾ ਤਾਂ ਵੀ ਉਹਨਾਂ ਨੂੰ ਲਾਭ ਹੈ। ਜੇ ਉਹ ਬੰਦਾ ਮਰ ਗਿਆ ਫਿਰ ਕਹਿਣਗੇ ਕੌਮ ਦਾ ਜਰਨੈਲ ਸੀ ਜੀ, ਕੌਮ ਦਾ ਯੋਧਾ ਸੀ ਜੀ, ਜਿਵੇਂ ਭਾਈ ਦੀਪ ਸਿੰਘ ਸਿੱਧੂ ਨੂੰ ਕਹਿ ਰਹੇ ਨੇ। ਹੁਣ ਸਿੱਧੂ ਮੂਸੇ ਵਾਲੇ ਬਾਰੇ ਕੋਈ ਮਾੜਾ ਸ਼ਬਦ ਬੋਲੇ ਤਾਂ ਬਹੁਤ ਮਨ ਦੁਖਦਾ ਵੀ ਇਹੋ ਜਿਹਾ ਯੋਧਾ ਨਹੀਂ ਕੋਈ ਜੰਮਣਾ। ਭਾਈ ਦੀਪ ਸਿੰਘ ਸਿੱਧੂ ਕਹਿੰਦਾ ਮਰ ਗਿਆ ਜਦੋਂ
ਬੰਦਾ ਜਿਉਂਦਾ ਹੁੰਦਾ ਉਦੋਂ ਕਦਰ ਨਹੀਂ ਪੈਂਦੀ। ਇਹ ਪੰਜਾਬ ਦੀ ਤਰਾਸਦੀ ਹੈ, ਜਦੋਂ ਬੰਦਾ ਮਰਦਾ ਮੁੱਲ ਉਦੋਂ ਹੀ ਪੈਂਦਾ, ਮੁੱਲ ਉਦੋਂ ਹੀ ਪੈਂਦਾ ਜੀ। ਇਸ ਲਈ ਇਹ ਅੱਜ ਕੱਲ ਸਾਡਾ ਭੇਟ ਚਾਲ ਚੱਲੀ ਹੋਈ ਹੈ, ਜਿੱਧਰ ਨੂੰ ਕਹਿੰਦੇ ਜਿਹਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ, ਸਾਡਾ ਅੱਜ ਉਹ ਮਾਹੌਲ ਬਣ ਚੁੱਕਿਆ। ਅੱਜ ਨਾ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੱਸੇ ਹੋਏ ਮਾਰਗਾਂ ਤੇ ਚੱਲ ਰਹੇ ਹਾਂ, ਨਾ ਅਸੀਂ ਸਿੱਖ ਅਟਵਾਉਣ ਯੋਗ ਰਹਿ ਗਏ ਹਾਂ। ਹੁਣ ਮੇਰਾ ਤਾਂ ਅਮਨਦੀਪ ਸਿੰਘ ਜੀ ਇੱਕ ਵਾਰ ਇਹ ਮਨ ਕਰਦਾ ਹੈ ਕਿ ਮੈਂ ਵੀ ਸਭ ਕੁਝ ਛੱਡ ਕੇ ਸਾਧੀ ਬਣ ਜਾ, ਨਾ ਮੈਂ ਠੀਕ ਹੈ ਜੀ ਚੋਪੜੀ ਚੋਪੜੀ ਆਉਣਗੀਆਂ ਖਾਓਗੇ ਨਿਆਏ ਲੋਕ, ਨਾ ਨਾ ਜੀ ਉਹੋ ਜਿਹਾ ਸਾਧ ਨਹੀਂ ਆਪਾਂ ਪਾਣਾ, ਕਿਉਂਕਿ ਇਹੋ ਜਿਹੇ ਸਾਧ ਤਾਂ ਬਥੇਰੇ ਫਿਰਦੇ ਆ, ਨਵੀਆਂ ਗੱਡੀਆਂ ਹੋਣਗੀਆਂ, ਚੇਲੇ ਹੋਣਗੇ, ਚਪਟੇ ਹੋਣਗੇ, ਦੱਸੋ ਕੀ ਦਿੰਦੇ ਹੋ ਮਾਇਆ। ਪਰ ਆਪਾਂ ਇਹ ਚਾਹੁੰਦੇ ਸੀ ਵੀ ਜੋ ਸਾਡੇ ਸਿੱਖ ਕੌਮ ਦੇ ਗਿਰਦੇ ਬਲੂੰਦਰੇ ਗਏ ਆ, ਜੋ ਇਹਦੇ ਡੇਰੇ ਦੇ ਪਖੰਡ ਬਾਅਦ ਵਧਿਆ ਹੋਇਆ ਉਹ ਲੋਕਾਂ ਤੱਕ ਪਹੁੰਚੇ ਜੀ। ਇਹ ਫਿਲਮ ਰਿਲੀਜ਼ ਹੋ ਗਈ ਜੀ, ਫਿਲਮ ਰਿਲੀਜ਼ ਹੋਣ ਤੋਂ ਬਾਅਦ ਜਿਹੜੀ ਤੁਸੀਂ ਰਿਲੀਜ਼ ਦੀ ਗੱਲ ਕਰਦੇ ਹੋ ਜੋਗੀ ਸਾਹਿਬ, ਆਪਾਂ ਗੱਲ ਮੁੱਦੇ ਦੀ ਕਰੀਏ, ਜਿਹੜੀ ਰਿਲੀਜ਼ ਦੀ ਗੱਲ, ਉਸ ਟਾਈਮ ਕਿੰਨਾ ਫੰਡ ਲੱਗਿਆ, ਤੁਸੀਂ ਫੰਡ ਕਿੱਥੋਂ ਰੇਜ਼ ਕੀਤਾ? ਇਹ ਗੱਲ ਇਹ ਸੀ, ਜਦੋਂ ਇਹ ਮੈਂ ਫਿਲਮ ਬਣਾਉਣ ਲੱਗਿਆ ਮੇਰੇ ਘਰਦਿਆਂ ਨੇ ਵੀ ਜਵਾਬ ਦਿੱਤਾ, ਹੋਰ ਦੋਸਤਾਂ ਮਿੱਤਰਾਂ ਨੇ ਵੀ ਕਹਿਤਾ ਵੀ ਤੂੰ ਇਹ ਪੰਗੇ ਜਨਾ ਪੈ। ਮੈਂ ਇੱਕ ਪਲਾਨ ਭੇਜਤਾ, ਕੁੱਝ ਮੈਂ ਜਾ ਕੇ ਆਪਣੇ ਜਿਹੜੇ ਕੋਈ ਪਾਤਰ ਸੀ ਉਹਨਾਂ ਨੂੰ ਮੈਂ ਆਖਿਆ ਵੀ ਆਪਾਂ ਥੋੜ੍ਹੀ ਜਿਹੀ ਪੇਮੈਂਟ ਥੋੜ੍ਹੀ ਲੇਟ ਕਰ ਦਾਂਗੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਝ ਯਾਰ ਮਿੱਤਰ ਆਪਣੇ ਨਾਲ ਲੈ ਕੇ ਕਿਸੇ ਦੀ ਗੱਡੀ ਲੈ ਲਈ ਆਪਾਂ ਨਾਲ, ਇਹੋ ਜਿਹੇ ਹਿਸਾਬ ਨਾਲ ਕਰਕੇ ਸਮਝ ਲਓ ਅਸੀਂ 5-7 ਲੱਖ ਦੇ ਵਿੱਚ ਅਸੀਂ ਤਿਆਰ ਕਰ ਦਿੱਤਾ ਸਾਰਾ ਸਿਸਟਮ। ਕਿਉਂ ਇੰਨਾ ਪੈਸਾ ਵੀ ਨਹੀਂ ਲੱਗਦਾ ਸੀ, ਪੈਸਾ ਕਿਉਂ ਲੱਗਿਆ, ਜਦੋਂ ਅਸੀਂ ਫਿਲਮ ਬਣਾਉਂਦੇ ਸੀ ਤਾਂ ਐਂ ਨਹੀਂ ਪਤਾ ਪੁਲਿਸ ਆ ਕੇ ਖੜ ਜੇ। 2010 ਦੇ ਵਿੱਚ 5-7 ਲੱਖ ਵੀ 50-70 ਲੱਖ ਦੇ ਬਰਾਬਰ ਹੈ। ਆਪਾਂ ਪੈਸਾ ਨਹੀਂ ਦੇਖਿਆ, ਆਪਾਂ ਇਹ ਨਹੀਂ ਸੋਚਿਆ ਵੀ ਆਪਾਂ ਕਿਸੇ ਪੈਸੇ ਦੀ ਖਾਤਰ ਲੜਦਾ। ਜੇ ਪੈਸਾ ਲੈਣਾ ਹੁੰਦਾ ਅਮਨਦੀਪ ਜੀ ਮੈਂ ਆਪਣੀਆਂ ਵੀਡੀਓ ਵਾਇਰਲ ਕਰਦਾ, ਮੈਂ ਬਾਹਰਲੇ ਲੋਕਾਂ ਨੂੰ ਦੱਸਦਾ, ਕਿਉਂਕਿ ਹਰੇਕ ਦੇਸ਼ ਦੇ ਵਿੱਚ ਚਾਹੇ ਉਹ ਫਿਲਮ ਬੈਨ ਹੋ ਚੁੱਕੀ ਹੈ, 2010 ਤੋਂ ਕੇਸ ਚੱਲ ਰਿਹਾ, ਆ ਹੁਣ ਆ 15 ਤਰੀਕ ਹੈ ਉਹ ਲਈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਇਸ ਭਾਰਤ ਦੇਸ਼ ਦੇ ਵਿੱਚ ਜੰਮੇ ਹਾਂ ਤੇ ਇੱਕ ਮਾਣ ਮਹਿਸੂਸ ਹੋ ਰਿਹਾ। ਜੋ ਤਰੀਕਾ ਭੁਗਤਣ ਜਾਂਦੇ ਹੋ ਜੋ ਸੈਂਟਰ ਕਹੇਗੀ ਉਹੀ ਉਹ ਕਰਨਗੇ। ਜੇ ਜੋ ਵੀ ਸੈਂਟਰ ਦੀ ਗੱਲ ਕਰੀਏ ਜੀ, ਭਾਈ ਅੰਮ੍ਰਿਤਪਾਲ 4 ਲੱਖ ਤੋਂ ਵੱਧ ਤੁਹਾਨੂੰ ਵੋਟਾਂ ਪਈਆਂ ਨੇ, ਅੱਜ ਡਿਬੂਗੜ੍ਹ ਜੇਲ੍ਹ ਦੇ ਵਿੱਚ ਉਹ ਬੰਦ ਨੇ, ਸਹੁੰ ਚੁਕਾਏ ਗਏ, ਸਭ ਤੋਂ ਵੱਧ ਇਹੋ ਜਿਹਾ ਕਿਹੜਾ ਉਹਨਾਂ ਨੇ ਪਾਪ ਕਰਤਾ, ਕਿਹੜਾ ਉਹਨਾਂ ਨੇ ਕਾਨੂੰਨ ਤੋੜਤਾ, ਕਿਹੜੇ ਇਹਨਾਂ ਨੇ ਬੰਦੇ ਮਾਰਤੇ, ਕਿਹੜੇ ਏਜੰਸੀਆਂ ਦੇ ਨਾਲ, ਜਿਸ ਤਹਿਤ ਉਹਨਾਂ ਨੂੰ ਇੰਨੀ ਸਜ਼ਾ ਦਿੱਤੀ ਜਾ ਰਹੀ ਹੈ, ਕੀ ਕਹਿਣਾ ਚਾਹੋ? ਇਹ ਗੱਲ ਇਹ ਹੈ ਜੀ, ਭਾਈ ਅੰਮ੍ਰਿਤਪਾਲ ਸਿੰਘ ਇਹ ਵੀ ਇੱਕ ਕੌਮ ਦਾ ਯੋਧਾ ਹੈ। ਕਹਿੰਦੇ ਜਦੋਂ ਕਿਸੇ ਕੌਮ ਤੇ ਵਿਪਤਾ ਪੈਣ ਲੱਗਦੀ
ਜਦੋਂ ਕੌਮ ਦੇ ਵਿੱਚ ਗਦਾਰ ਜ਼ਿਆਦਾ ਪੈਦਾ ਹੋ ਜਾਣ, ਜਦੋਂ ਕੌਮ ਦੀ ਪਿੱਠ ਦੇ ਵਿੱਚ ਸੁਰਾ ਖੋਭਿਆ ਜਾਵੇ ਤਾਂ ਉਸ ਵੇਲੇ ਜਿਹੜੇ ਲੋਕ ਨੇ ਨਾ ਪ੍ਰਹਲਾਦ ਦੇ ਵੀ ਸਾਡਾ ਕੌਮ ਦਾ ਮਹਾਰਾਜ ਮੂਹਰੇ ਪਰਮਾਤਮਾ ਮੂਹਰੇ ਅਰਦਾਸਾਂ ਕਰਦੇ ਆ ਵੀ ਸਾਡੀ ਕੌਮ ਨੂੰ ਬਚਾਉਣ ਦਾ ਕੋਈ ਜ਼ਰੀਆ ਭੇਜੋ। ਜਿਹੜਾ ਅੰਮ੍ਰਿਤਪਾਲ ਹੈ ਉਹ ਤਾਂ ਆਰਐਸਐਸ ਦਾ ਖਾਸ ਬੰਦਾ ਹੈ, ਕਾਇਮ ਨੂੰ ਤਾਂ ਕੁਛ ਵੀ ਕਹਿ ਦੇਣਗੇ, ਕਾਇਮ ਨੂੰ ਤਾਂ ਤੁਹਾਨੂੰ ਵੀ ਗੱਲ ਨੂੰ ਕਹਿ ਦੇਣਗੇ ਵੀ ਤੁਸੀਂ ਵੀ ਆ ਕਹਿੰਦੇ ਨੇ, ਕਹਿੰਦੇ ਨੇ ਤਾਂ ਬਲੈਕਮੇਲਰ ਨੇ, ਬਲੈਕਮੇਲ ਕਰਦੇ ਹੋਰ ਕਰਦੇ ਨੇ, ਪਰ ਅਸੀਂ ਤਾਂ ਆਪਣਾ ਸੱਚੇ ਮਨ ਤੇ ਚੱਲਦੇ ਨੇ। ਇਹ ਕਹਿਣ ਵਾਲਿਆਂ ਨੇ ਤਾਂ ਕਹੀ ਜਾਣਾ ਹੈ, ਹੁਣ ਤੁਸੀਂ ਕਮੈਂਟ ਦੇਖਿਓ ਥੱਲੇ ਕਿੰਨੇ ਵਧੀਆ ਭੇਜਣਗੇ, ਕੋਈ ਗੱਲ ਨਹੀਂ, ਬਹੁਤ ਵਧੀਆ ਵਧੀਆ ਲਿਖ ਕੇ ਭੇਜਣਾ ਇਹਨਾਂ ਨੇ, ਕਿਉਂਕਿ ਜਿਹੜਾ ਸੱਚ ਬੋਲੂਗਾ ਹਮੇਸ਼ਾ ਉਹਨੂੰ ਲੋਕ ਚੰਗਾ ਨਹੀਂ ਕਹਿਣਗੇ। ਤੁਹਾਨੂੰ ਲੱਗਦਾ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅੰਮ੍ਰਿਤਪਾਲ ਦੀ ਜਿਹੜੀ NSA ਲੱਗੀ ਹੋਈ ਹੈ ਪੰਜਾਬ ਸਰਕਾਰ ਉਸਨੂੰ ਹਟਾ ਕੇ ਉਹਨਾਂ ਨੂੰ ਯਾਦ ਕਰੂ ਜੀ? ਆਪਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਸੀਗੇ ਵੀ ਭਾਈ ਅੰਮ੍ਰਿਤਪਾਲ ਸਿੰਘ ਇੱਕ ਕੌਮ ਦਾ ਅਣਖੀਲਾ ਮਰਦ ਸੂਰਮਾ, ਜਦੋਂ ਲੋਕਾਂ ਦੀ ਪੁਕਾਰ ਹੋਈ ਤੇ ਫਿਰ ਪਰਮਾਤਮਾ ਨੇ, ਕਿਉਂਕਿ ਇੱਕ ਚਿਣਗ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਰੂਪ ਚ ਲਾ ਲਓ ਚਾਹੇ ਦੀਪ ਸਿੱਧੂ ਦੇ ਰੂਪ ਚ ਲਾ ਲਓ, ਇੱਕ ਛੋਟੀ ਜਿਹੀ ਚਿਣਗ ਛੱਡੀ ਤੇ ਉਹ ਯੋਧਾ ਬਾਹਰਲੀ ਧਰਤੀ ਨੂੰ ਛੱਡ ਕੇ ਇਸ ਪੰਜਾਬ ਦੀ ਧਰਤੀ ਤੇ ਪੰਜਾਬ ਨੂੰ ਬਚਾਉਣ ਲਈ ਆਇਆ। ਦੇਖੋ ਜਦੋਂ ਉਹ ਆਇਆ ਹੋਰ ਵੀ ਵੱਡੇ ਸੰਤ ਫਿਰਦੇ ਆ, ਵੱਡੇ ਵੱਡੇ ਦਮਾਨੇ ਵਾਲੇ ਫਿਰਦੇ ਆ, ਵੱਡੇ ਵੱਡੇ ਦਾਤਰੇ ਪਾਏ ਹੋਏ ਨੇ, ਵੱਡੇ ਵੱਡੇ ਹੱਥਾਂ ਦੇ ਵਿੱਚ ਤੀਰ ਨੇ, ਬਹੁਤ ਕੁਛ ਆ, ਬਹੁਤ ਵੱਡੇ ਵੱਡੇ ਗੱਡੀਆਂ ਵਾਲੇ ਬਾਬੇ ਫਿਰਦੇ ਆ, ਕਿਉਂ ਨੀ ਲੋਕ ਤੁਰੇ? ਮੈਂ ਕਹਿੰਦਾ ਕਿਉਂਕਿ ਉਹਨਾਂ ਤੇ ਮਹਾਰਾਜ ਦੀ ਕਿਰਪਾ ਨਹੀਂ। ਇਹ ਯੋਧਾ ਆਇਆ ਕੱਲਾ ਆਇਆ ਸੀ ਤੇ ਦੇਖੋ ਫਿਰ ਕਿੰਨੀ ਫੌਜ ਤਿਆਰ ਹੋ ਗਈ, ਹੁਣ ਦੇਖੋ ਕਿੱਡੀ ਵੱਡੀ ਬਹੁਮਤ ਨਾਲ ਇਹਨੂੰ ਜਿਤਾਇਆ ਗਿਆ ਭਾਈ ਅੰਮ੍ਰਿਤਪਾਲ ਸਿੰਘ। ਹਰੇਕ ਚਾਹੇ ਉਹ ਹਿੰਦੂ ਸੀ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀ, ਹਰੇਕ ਦੀ ਆਵਾਜ਼ ਬਣ ਚੁੱਕਿਆ ਸੀ ਭਾਈ ਅੰਮ੍ਰਿਤਪਾਲ ਸਿੰਘ, ਤੇ ਸਰਕਾਰਾਂ ਦੀਆਂ ਕੁਰਸੀਆਂ ਹਿੱਲਣ ਲੱਗ ਗਈਆਂ। ਇਸ ਲਈ ਉਹਨਾਂ ਨੇ ਝੂਠੇ ਮੁਕੱਦਮੇ ਪਾ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਡੱਕਿਆ, ਕਿਉਂਕਿ ਉਹਨਾਂ ਨੂੰ ਇਹ ਸੀ ਇਸ ਦੀ ਆਵਾਜ਼ ਬੰਦ ਕਰਦੀ ਤੇ ਲੋਕ ਡਰ ਜਾਣਗੇ, ਚੁੱਪ ਕਰ ਜਾਣਗੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਪੈਟਰੋਲ ਦੇ ਉੱਤੇ ਮਾੜੀ ਜਿਹੀ ਚਿਣਕ ਪੈ ਗਈ ਤੇ ਫਿਰ ਜਿੰਨੇ ਮਰਜ਼ੀ ਯਤਨ ਕਰ ਲਓ ਪੈਟਰੋਲ ਦੇ ਖੂਹ ਦੀ ਅੱਗ ਬੁੱਝਦੀ ਨਹੀਂ ਹੁੰਦੀ। ਬੜੀਆਂ ਮੁਸ਼ਕਲਾਂ ਆਉਂਦੀਆਂ ਰਾਹਾਂ ਦੇ ਵਿੱਚ। ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਬਾਉਣ ਦੀ ਖਾਤਰ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ, ਸੰਗਤ ਨੇ ਬਹੁਮਤ ਨਾਲ ਜਿਤਾ ਦਿੱਤਾ, ਫਿਰ ਵੀ ਦੇਖੋ ਸਾਡਾ ਕਾਨੂੰਨ ਕਿੱਡਾ ਮਹਾਨ ਦੇਸ਼ ਆ ਦਾ। ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਨਹੀਂ ਕਰ ਰਹੇ, ਕਿਉਂਕਿ ਸਾਡੇ ਪੰਜਾਬ ਨੂੰ ਖਤਰਾ ਉਹਨਾਂ ਤੋਂ, ਖਤਰਾ ਉਹਨਾਂ ਨੂੰ ਹੈ ਜੋ ਚਿੱਟਾ ਵੇਚਦੇ ਆ, ਖਤਰਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਜੂਆਂ ਦੇ ਅੱਡੇ ਚੱਲਦੇ ਆ, ਖਤਰਾ ਉਹਨਾਂ ਨੂੰ ਹੈ ਜਿਹੜੇ ਸਾਡੇ ਨੌਜਵਾਨੀ ਪੰਜਾਬ ਦੇ ਨੂੰ ਸੈਂਟਰ ਦੇ ਜਾਂ ਕਿਸੇ ਦੇ ਕਹਿਣ ਤੇ ਇਹ ਖਤਮ ਕਰਨਾ ਚਾਹੁੰਦੇ ਆ ਜੀ। ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਜੇ ਖਤਰਾ ਪੰਜਾਬ ਵਿੱਚ ਹੁੰਦਾ ਤਾਂ ਅੱਡੀ ਬਹੁਮਤ ਨਾਲ ਨਹੀਂ ਜਿਤਾਇਆ ਜਾਂਦਾ ਜੀ, ਉਹਦਾ ਵਿਰੋਧ ਹੁੰਦਾ, ਜਮਾਨਤ ਜ਼ਬਤ ਹੁੰਦੀ। ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਬੜੇ ਵੱਡੇ ਫਤਵੇ ਨਾਲ ਜਿਤਾ ਦਿੱਤਾ, ਪਰ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕਰ ਦਿੱਤਾ ਜੀ। ਦੇਖੋ ਇੱਕ ਘੰਟੇ ਦੀ ਪਰੋਲ ਦਿੱਤੀ ਗਈ, ਸੌਂਚਕਾਈ ਦੇਖੋ ਬੜੇ, ਪਰ ਉਹ ਚੱਕ ਜ਼ਹਿਰ ਨਹੀਂ ਹੋਈ। ਪਰ ਮੇਰੇ ਜਿਸ ਤਰ੍ਹਾਂ ਕਿ ਦੂਸਰੇ MPਆਂ ਨੇ ਸੌਂ ਚੱਕੀ, ਉਹਨਾਂ ਦੀ ਵੀਡੀਓ ਆਨਲਾਈਨ ਚੱਲੀ ਗਈ, ਤਾਂ ਅੰਮ੍ਰਿਤਪਾਲ ਦੀ ਜਿਹੜੀ ਸੌਂ ਸਮਾਗਮ ਸੀਗਾ ਹਜੇ ਤੱਕ ਜੱਗ ਜ਼ਹਿਰ ਨਹੀਂ ਹੋਈ। ਇਹ ਤਾਂ ਨਹੀਂ ਕਰੀਏ ਕਿਉਂਕਿ ਮੇਰੇ ਹਿਸਾਬ ਨਾਲ ਉਹਨਾਂ ਨਾਲ ਚੰਗੇ ਵਤੀਰੇ ਨਾਲ ਉਹਨਾਂ ਨੂੰ ਲੈ ਕੇ ਨਹੀਂ ਗਏ ਹੋਣੇ, ਪਹਿਲੀ ਗੱਲ ਜੀ।
ਕਿਉਂਕਿ ਸੈਂਟਰ ਦਾ ਬੜਾ ਦਬਦਬਾ ਹੋਣਾ, ਪੰਜਾਬ ਸਰਕਾਰ ਦਾ ਦਬਦਬਾ ਹੋਣਾ। ਇੱਕ ਫਾਰਮੈਲਿਟੀ, ਇੱਕ ਉਹਨਾਂ ਨੂੰ ਇਹ ਸੀ ਕਿਤੇ ਲੋਕਾਂ ਦੀ ਆਵਾਜ਼ ਇੱਕ ਲਹਿਰ ਨਾ ਬਣ ਜੇ ਜੀ, ਇਸ ਲਈ ਉਹਨਾਂ ਨੂੰ ਡਰਦਿਆਂ ਡਰਾਉਂਦਿਆਂ ਸਹੁੰ ਚੁਕਾਉਣੀ ਪਈ ਤੇ ਸਹੁੰ ਚੁਕਾ ਕੇ ਉਹਨਾਂ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਇਹਦੇ ਨਾਲ ਵੱਡੀ ਮਾੜੀ ਗੱਲ ਹੋਰ ਕੀ ਹੋ, ਚਲੋ ਮੰਨ ਲਓ ਸੈਂਟਰ ਦੇ ਵਿੱਚ ਬਗਾਨੇ ਬੈਠੇ ਹੈ, ਪਰ ਪੰਜਾਬ ਚ ਤਾਂ ਆਪਣੇ ਬੈਠੇ ਆ। ਕਹਿੰਦੇ ਗੱਲ ਤਾਂ ਇਹੀ ਹੈ, ਭਗਵੰਤ ਮਾਨ ਸਿੰਘ ਤੇ ਬੜੀਆਂ ਉਮੀਦਾਂ ਸੀ। ਦੇਖ ਲਓ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਜਦੋਂ ਇਹ ਜਾ ਕੇ ਸਪੀਚ ਕਰਿਆ ਕਰਦੇ ਸੀ, ਬੜਾ ਮਨ ਖੁਸ਼ ਹੁੰਦਾ ਸੀ, ਕੁੱਕਰਾਂ ਦੀਆਂ ਸੀਟੀਆਂ ਵਜਾ ਦਿੰਦੇ, ਬੜਾ ਮਨ ਖੁਸ਼ ਹੁੰਦਾ ਸੀ, ਵਾਹ ਜੀ ਵਾਹ ਸਾਡੇ ਪੰਜਾਬ ਦਾ ਨਕਸ਼ਾ ਹੀ ਬਦਲ ਦੇਣਗੇ। ਪਰ ਮੈਨੂੰ ਇੱਕ ਗੱਲ ਲੱਗਦੀ ਹੈ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹ ਪੰਜਾਬ ਲਈ ਕੁਛ ਕਰਨਾ ਚਾਹੁੰਦੇ ਹੈ, ਪਰ ਕੋਈ ਇਹੋ ਜਿਹੀ ਤਾਕਤ ਹੈਗੀ ਜਿਹੜੀ ਇਹਨਾਂ ਨੂੰ ਕਰਨੀ ਦੇ ਰਹੀ? ਮੁੱਖ ਮੰਤਰੀ ਤੋਂ ਕੋਈ ਵੱਡੀ ਤਾਕਤ ਵੀ ਹੈ ਜੀ? ਕਿਉਂਕਿ ਜਦੋਂ ਆਪਾਂ ਕਿਸੇ ਨੈਸ਼ਨਲ ਪਾਰਟੀ ਨਾਲ ਜੁੜਦੇ ਹਾਂ ਤਾਂ ਉਹਦਾ ਦਬਦਬਾ ਹੁੰਦਾ ਹੀ ਹੈ ਜੀ, ਇਹਨਾਂ ਦੇ ਉੱਤੇ ਵੀ ਵੱਡੇ ਆਕਾ ਬੈਠੇ। ਪਰ ਜਿੰਨਾ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਇਹਨਾਂ ਤੋਂ ਕੋਈ ਗਲਤ ਕੰਮ ਕਰਵਾਏ ਜਾ ਰਹੇ, ਜਿਹੜੀ NSA ਲੱਗੀ ਹੈ ਆਪਾਂ ਅੰਮ੍ਰਿਤਪਾਲ ਦੇ ਜਦੋਂ ਸਾਥੀ ਨੇ ਲੱਗੀ ਹੈ, ਇਹ ਆਮ ਪਾਰਟੀ ਸਰਕਾਰ ਨਹੀਂ ਲਾਈ, ਇਹ ਕੋਈ ਵੱਡੀ ਤਾਕਤ ਨੇ ਲਵਾਈ, ਕਹਿ ਕੇ ਲਵਾਈ ਗਈ ਹੈ? ਲਵਾਈ ਆਮ ਆਦਮੀ ਪਾਰਟੀ ਨੇ, ਲਵਾਈ ਭਗਵੰਤ ਮਾਨ ਨੇ, ਪਰ ਇਹ ਲਵਾਂ ਨਹੀਂ ਚਾਹੁੰਦੇ ਸੀ, ਪਰ ਲਵਾਉਣ ਵਾਲੀ ਤਾਕਤ ਹੋਰ ਹੈ। ਇੱਕ ਦਾਵਾ ਦਬਦਬਾ ਪਾ ਕੇ ਜਿਹੜੀ ਕੁਰਸੀ ਹੁੰਦੀ ਹੈ, ਕੁਰਸੀ ਭਾਈ ਅੰਮ੍ਰਿਤਪਾਲ ਨੇ ਜਿਹੜੀ ਆਵਾਜ਼ ਚੱਕੀ ਸੀ ਉਹ ਤਾਂ ਪੰਜਾਬ ਨੇ ਚੱਕੀ ਸੀਗੀ, ਉਹ ਤਾਂ ਫਿਰ ਪੰਜਾਬ ਨੇ ਚੱਕੀ ਸੀ, ਪੰਜਾਬ ਦੇ ਲੋਕਾਂ ਨੇ ਚੱਕੀ ਸੀ, ਜਿਹੜੇ ਪੰਜਾਬ ਦੇ ਵਿੱਚ ਜਿਹੜਾ ਉਹਦੇ ਨਸ਼ਾ ਵਿਕ ਰਿਹਾ ਜਾਂ ਨਸ਼ੇ ਨੌਜਵਾਨ ਉਹਨਾਂ ਨੂੰ ਦਬਦਬੇ 'ਚ ਬੰਨ ਕੱਢਣਾ ਚਾਹੁੰਦੇ ਸੀਗੇ, ਤਾਂ ਤੁਸੀਂ ਕਹਿੰਦੇ ਵੀ ਜਿਹੜੀ ਇਹ ਆਵਾਜ਼ ਹੈ, ਜਿਹੜੀ ਪਾਵਰ ਹੈ ਕਿੱਥੋਂ ਹੋਰ ਹੈ, ਅਤੇ ਉਹਨਾਂ ਨੂੰ ਕੀ ਖਤਰਾ ਸੀ? ਗੱਲ ਤੁਹਾਡੀ ਅਮਨਦੀਪ ਸਿੰਘ ਜੀ ਸਹੀ ਗੱਲ ਹੈ, ਕਿਉਂਕਿ ਪੰਜਾਬ 'ਚ ਵੀ ਦਬਦਬਾ RSS ਦਾ ਜੀ, ਉਹੀ ਸਾਰਾ ਇਹ ਸਿਸਟਮ ਚਲਾ ਰਹੇ ਨੇ, ਉਹਨੂੰ ਭਗਵਤ ਮਾਨ ਚਲਾ ਰਿਹਾ, ਤੁਸੀਂ RSS ਦੀ ਗੱਲ ਕਰੋ, RSS ਦੀ ਗੱਲ ਕਰ ਰਹੇ ਹਾਂ, ਮੋਦੀ ਦੀ A ਟੀਮ ਹੋਈ ਦੀ B ਟੀਮ, ਚਾਹੇ ਮੋਦੀ ਜਿੱਤੇ ਚਾਹੇ ਜਿੱਤੇ ਆਮ ਆਦਮੀ ਪਾਰਟੀ, ਕਿਉਂਕਿ ਕਾਂਗਰਸ ਨੂੰ ਖਤਮ ਕਰਨ ਦੇ ਲਈ ਇਹ ਪਾਰਟੀ ਦਾ ਉਭਾਰ ਬਣਾਇਆ ਗਿਆ ਸੀ। ਪਰ ਹੁਣ ਆਪਾਂ ਦੇਖੀਏ, ਕਿਉਂਕਿ ਭਗਵੰਤ ਮਾਨ ਜੀ ਤੇ ਇੰਨਾ ਦਬਦਬਾ ਪਾਇਆ ਗਿਆ, ਕਿਉਂਕਿ ਇੱਕ ਕੁਰਸੀ ਹਰੇਕ ਨੂੰ ਪਿਆਰੀ ਹੁੰਦੀ ਹੈ, ਕੁਰਸੀ ਨੂੰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ, ਇਸ ਲਈ ਉਹਨਾਂ ਨੂੰ ਇਹ ਕਿਹਾ ਗਿਆ ਵੀ ਜਾਂ ਕੁਰਸੀ ਛੱਡ ਤੇ ਜਾਂ NSA ਲਾ। ਜੇ ਭਗਵੰਤ ਮਾਨ ਜੀ ਸੋਚਦੇ ਵੀ ਮੈਂ ਸਿੱਖ ਕੌਮ ਦੀ ਖਾਤਰ ਖੜਨਾ, ਇਹਨੂੰ ਠੋਕਰ ਮਾਰ ਦਿੰਦੇ ਜਾਂ ਜਵਾਬ ਦੇ ਦਿੰਦੇ ਵੀ ਮੈਨੂੰ ਪੰਜਾਬ ਦੇ ਲੋਕਾਂ ਨੇ ਬਣਾਇਆ, ਮੈਨੂੰ ਮੇਰੇ ਭਰਾਵਾਂ ਨੇ ਬਣਾਇਆ, ਮੈਨੂੰ ਮੇਰੀਆਂ ਮਾਵਾਂ ਨੇ, ਮੇਰੀਆਂ ਭੈਣਾਂ ਨੇ, ਮੇਰੀਆਂ ਮਾਤਾਵਾਂ ਨੇ, ਮੇਰੇ ਬਜ਼ੁਰਗਾਂ ਨੇ ਵੋਟਾਂ ਪਾ ਕੇ ਜਿਤਾਇਆ, ਨਾ ਕਿ ਮੈਨੂੰ ਕੇਜਰੀਵਾਲ ਨੇ ਜਿਤਾਇਆ। ਵਿਰੋਧ ਕਰ ਦਿੰਦੇ ਕਿਉਂਕਿ ਮੁੱਖ ਮੰਤਰੀ ਇਹ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਇਲੈਕਸ਼ਨਾਂ ਚ ਭਗਵੰਤ ਮਾਨ ਨੂੰ ਮੋਢਿਆਂ ਤੇ ਚੱਕ ਕੇ ਰੱਖਦੇ, ਕਿਉਂਕਿ ਭਾਈ ਦਵਿੰਦਰਪਾਲ ਸਿੰਘ ਦੀ ਜੋ ਸਜ਼ਾ ਉਹ ਬਰਕਰਾਰ ਹੈ, ਫਾਂਸੀ ਦੇਖੋ ਕਿੱਡੇ ਕਿੱਡੇ ਜ਼ੁਲਮ ਹੋ ਰਹੇ ਨੇ, ਫਿਰ ਵੀ ਜੇ ਰਿਹਾਈ ਦੀ ਚਿੱਠੀ ਆਈ ਇਹਨਾਂ ਦੀ ਟੇਬਲ ਤੇ ਪਈ ਹੈ, ਜਿਹੜੀ ਫਾਈਲ ਹੈ ਦਿੱਲੀ ਵਾਲੇ ਟੇਬਲ ਤੇ ਪਈ ਹੈ, ਦਿੱਲੀ ਵਾਲੇ ਟੇਬਲ ਤੇ ਪਈ ਹੈ, ਕੇਜਰੀਵਾਲ ਸਾਹਿਬ ਨੇ ਇੱਕ ਸਾਈਨ ਕਰ ਲਈ,
ਜਿਹੜੀ ਬੰਦੀ ਸਿੰਘ ਦੀ ਰਿਹਾਈ ਹੋ ਸਕਦੀ ਆ, ਜਿਹੜੀ ਭਾਈ ਦਵਿੰਦਰਪਾਲ ਸਿੰਘ ਦੀ ਰਿਹਾਈ ਦੀ ਜੀ, ਤੇ ਜੇ ਉਹ ਸਾਈਨ ਕਰ ਦਿੰਦਾ ਹੈ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੋ ਅੱਜ ਬਹੁਤ ਬਿਮਾਰ ਨੇ, ਮਾਨਸਿਕ ਰੋਗੀ ਬਣ ਚੁੱਕੇ ਨੇ, ਉਹਨਾਂ ਦੇ ਹੱਡ ਇੱਕ ਇੰਨੇ ਕਮਜ਼ੋਰ ਹੋ ਗਏ ਕਿ ਤੁਰਨ ਜੋਗੇ ਨਹੀਂ, ਪਰ ਇਹਨਾਂ ਨੂੰ ਫੇਰ ਖਤਰਾ ਜਾਪਦਾ। ਇਹਨਾਂ ਨੇ ਉਸ ਚਿੱਠੀ ਤੇ ਸਾਈਨ ਨਹੀਂ ਕੀਤੇ ਤੇ ਨਾ ਇਹ ਕਰਨਾ ਚਾਹੁੰਦੇ, ਕਿਉਂਕਿ ਇਹਨਾਂ ਨੂੰ ਇਹ ਗੱਲ ਹੋ ਜਾਂਦੀ ਹੈ ਜੇ ਕੋਈ ਬੰਦੀ ਸਿੰਘ ਬਾਹਰ ਆਉਂਦਾ ਹੈ ਤੇ ਉਹਨੇ ਪੰਜਾਬ ਵਿੱਚ ਆ ਕੇ ਪ੍ਰਚਾਰ ਕਰਨਾ ਹੈ ਜਾਂ ਕੋਈ ਲਹਿਰ ਨਾ ਬਣ ਜਾਵੇ ਤੇ ਸਾਡੀਆਂ ਕੁਰਸੀਆਂ ਨੂੰ ਖਤਰਾ। ਜੀ ਜੇ ਹੁਣ ਆਪਾਂ ਲਾਸਟ ਪੜਾਅ ਤੇ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਕੁ ਗੀਤ ਨੇ ਜਿਹੜੇ USA ਦੀ ਰੇਡੀਓ 'ਚ ਵੱਜ ਰਹੇ ਨੇ, ਦੋ ਸ਼ਬਦ ਸਾਂਝੇ ਕਰੋ ਜੀ। ਸਿੰਘੋ ਹੁਣ ਚੱਕੋ ਹਥਿਆਰਾਂ ਨੂੰ, ਰਾਖੀ ਆਪ ਸਾਨੂੰ ਕਰਨੀ ਪਊ, ਓਏ ਉੱਠੋ ਸਿੰਘੋ ਹੁਣ ਚੱਕੋ ਹਥਿਆਰਾਂ ਨੂੰ, ਰਾਖੀ ਆਪ ਸਾਨੂੰ ਕਰਨੀ ਪਊ। ਹੋ ਸਿੰਘ ਸਾਹਿਬ ਅੱਖ ਮੋੜੇ ਵਾਲੇ ਵਿਖ ਗਏ, ਹੱਥੇ ਵਿੱਚ ਕੈਚੀ ਬੈਗ ਫੜ ਨੋਟਾਂ ਦੇ, ਉਹ ਗੁਰੂ ਘਰ ਦੀ ਬੇਅਦਬੀ ਵੀ ਨਾ ਵੇਖਦੇ, ਰਾਜ ਕਰਨ ਲਈ ਮਸਲੇ ਨੇ ਵੋਟਾਂ ਦੇ, ਉਹ ਜਿਹੜੀ ਬਾਜੀ ਇਹ ਜਿੱਤਣ ਨੂੰ ਫਿਰਦੇ, ਉਹ ਬਾਜੀ ਹੁਣ ਹਰਨੀ ਪਊ। ਕੀ ਬਾਤ ਹੈ ਜੀ, ਕੀ ਬਾਤ ਹੈ। ਸਿੰਘੋ ਹੁਣ ਚੱਕੋ ਹਥਿਆਰਾਂ ਨੂੰ, ਰਾਖੀ ਆਪ ਸਾਨੂੰ ਕਰਨੀ ਪਊ। ਕੀ ਬਾਤ ਹੈ ਜੋਗੀ ਸਾਹਿਬ, ਤਾਂ ਹੀ ਤੁਸੀਂ USA ਯੂਰਪ ਕੰਟਰੀਆਂ ਵਿੱਚ ਤੋਂ ਤੁਹਾਡਾ ਜਿਹੜੇ ਗਾਣੇ ਨੇ ਉਹ ਰੇਡੀਓ ਵਿੱਚ ਵੱਜ ਰਹੇ ਨੇ। ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਸਟੂਡੀਓ ਤੇ ਆਉਣ।